ਡਿਸਕਾਊਂਟ ਆਫਰ ਹੈਗਾ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮੋਡਲ ਟਾਊਨ ਲੁਧਿਆਣਾ। ਲਓ ਜੀ, ਅੱਜ ਫਿਰ ਤੁਹਾਡੇ ਲਈ ਲਾਈਵ ਹੋਏ ਹਾਂ ਪਰ ਡਿਸਕਾਊਂਟ ਵਾਲੀ ਆਫਰ ਲੈ ਕੇ, ਠੀਕ ਹੈ ਜੀ। ਜਿੰਨੇ ਵੀ ਪੀਸ ਇਸ ਵੀਡੀਓ 'ਚ ਹੋਣਗੇ ਨਾ, ਤੁਹਾਨੂੰ ਮਿਲੇਗਾ ਸਪੈਸ਼ਲ ਸਪੈਸ਼ਲ ਡਿਸਕਾਊਂਟ ਤੁਹਾਡੀ ਕਸਟਮਰ ਦੀ ਡਿਮਾਂਡ ਦੇ ਉੱਤੇ, ਠੀਕ ਹੈ ਜੀ। ਫਲੈਟ 10% ਆਲ ਪੀਸੀ ਦੇ ਵਿੱਚ ਇਸ ਵੀਡੀਓ ਵਾਲੇ ਦੇ ਤੁਹਾਨੂੰ ਫਲੈਟ 10% ਲੈਸ ਦਿੱਤੀ ਜਾਏਗੀ, ਠੀਕ ਹੈ ਜੀ। ਅਤੇ ਸਿੰਗਲ ਸਿੰਗਲ ਪੀਸ ਹੋਣਗੇ ਸਾਰੇ, ਅਤੇ ਅਲੱਗ ਅਲੱਗ ਡਿਜ਼ਾਈਨ ਨੇ, ਸ਼ਰਾਰੇ ਗਰਾਰੇ, ਲਹਿੰਗੇ ਚੋਲੀ, ਅਤੇ ਕੁਛ ਆਉਣਗੇ ਆਪਣਾ ਇੱਕ ਦੋ ਡਰੈਸਿਸ ਹੋਣਗੀਆਂ, ਠੀਕ ਹੈ ਨਾ। ਜਿੱਦਾਂ ਕਿ ਇਹ ਡੰਮੀ 'ਤੇ ਲੱਗਿਆ, ਮਤਲਬ ਕਿ ਪਲਾਜ਼ੋ ਨਾਲ ਐਂਕਲ ਲੈਂਥ ਨਾਲ ਕਰੀਏ, ਪਲਾਜ਼ੋ ਬਨਾਰਸੀ ਸੂਟ ਹੈਗਾ ਜੀ, ਠੀਕ ਹੈ ਜੀ। ਇੱਦਾਂ ਦੇ ਆਰਟੀਕਲ ਆਉਣਗੇ ਸਿੰਗਲ ਸਿੰਗਲ, ਫਲੈਟ 10% ਡਿਸਕਾਊਂਟ, ਠੀਕ ਹੈ ਜੀ। ਅੱਜ ਦੀ ਖਾਸ ਸਪੈਸ਼ਲ ਆਫਰ ਓਨਲੀ ਇਸ ਦਿਸ ਵੀਡੀਓ ਜੀ, ਠੀਕ ਹੈ ਜੀ। ਆਹੀ ਵੀਡੀਓ 'ਚ ਹੈਗੀ ਜੀ ਆਫਰ, ਜਿੰਨੇ ਵੀ ਇਹਦੇ ਪੀਸ ਨੇ ਬਸ, ਠੀਕ ਹੈ ਜੀ, ਵੈਲਿਡ ਇਸ ਵੀਡੀਓ ਤੱਕ ਹੀ ਆ। ਲਓ ਜੀ, ਸ਼ੁਰੂ ਕਰ ਰਹੇ ਹਾਂ ਜੀ ਆਈਟਮ ਨੰਬਰ 1 ਤੋਂ। ਪਹਿਲੇ ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਦੇ ਦਈਏ ਸਾਡੇ ਨੰਬਰਾਂ ਦੀ, ਜਿਹੜੇ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਮੈਸੇਜ ਕਰਕੇ ਆਪਣਾ ਆਰਟੀਕਲ ਤੁਸੀਂ ਸਪੈਸ਼ਲ ਉੱਪਰ ਵਾਲਾ ਬੁੱਕ ਕਰਵਾਉਣਾ, ਠੀਕ ਹੈ ਜੀ। ਬੜੇ ਅੱਛੇ ਆਰਟੀਕਲ ਹੋਣਗੇ ਸਾਰੇ, ਸਿੰਗਲ ਸਿੰਗਲ ਦੇਵਾਂਗੇ, ਪਿਓਰ ਜੋਰਜਟ ਦੇ ਡਿਜ਼ਾਈਨਰ ਅਨਾਰਕਲੀਆਂ, ਸ਼ਰਾਰੇ ਕਰਾਰੇ ਐਂਡ ਧੋਤੀ ਸਲਵਾਰ, ਕੁਛ ਜੈਕਟ ਵੀ ਦੇਵਾਂਗੇ, ਠੀਕ ਹੈ ਜੀ। ਸ਼ੁਰੂ ਕਰ ਰਹੇ ਹਾਂ ਆਈਟਮ ਨੰਬਰ 1 ਤੋਂ ਜੀ। ਲਿਓ ਜੀ, ਬੜਾ ਪਿਆਰਾ ਪੈਂਟ ਵਾਲਾ ਪਾਪਾ ਡੋਨ ਪੀਸ ਸਟਾਈਲ ਦਾ ਕਨਸੈਪਟ ਆਏਗਾ, ਪਿਓਰ ਸਿਲਕ ਦਾ, ਲੈਮਨ ਗੋਲਡ ਕਲਰ ਆਏਗਾ ਜੀ। ਪੈਂਟ ਬਣੀ ਹੈ ਰੈਡੀ ਟੂ ਵੇਅਰ, ਅਤੇ ਨਾਲ ਆ ਗਈ ਇਸ ਤਰ੍ਹਾਂ ਪੈਪਲਮ ਆਏਗੀ, ਠੀਕ ਹੈ ਜੀ। ਫਰੰਟ ਐਂਡ ਬੈਕ ਦੇ ਵਿੱਚ ਬੜਾ ਸੋਹਣਾ ਕੰਮ ਹੈ, ਪਾਪਾ ਡੋਨ ਪੀਸ ਸਟੈਪ ਵਾਲਾ ਕਨਸੈਪਟ ਹੈਗਾ, ਪੂਰਾ ਹੈਂਡ ਵਰਕ 'ਚ ਮਲਟੀ ਕਲਰ ਵਰਕ ਆਏਗਾ, ਅਤੇ ਸ਼ੋਰਟ ਪੈਪਲਮ ਹੈਗੀ ਫਰੰਟ ਬੈਕ ਵਾਲੀ, ਅਤੇ ਨਾਲ ਚੋਕਰ ਦੁਪੱਟਾ ਵੀ ਦਿਆਂਗੇ, ਸਲੀਵਸ ਲੱਗ ਜਾਣਗੇ ਨਾਲ, ਬੈਕ ਫਰੰਟ ਦੋਨੋਂ ਬਣੀ ਹੈ। ਬਿਲਕੁਲ ਲਾਈਟ ਵੇਟ ਐਂਡ ਗਰਲਿਸ਼ ਆਈਟਮ ਹੈ ਜੀ, ਔਰ ਸਪੈਸ਼ਲ ਆਫਰ ਦੇ ਵਿੱਚ ਮਿਲ ਰਿਹਾ ਆਪਾਂ ਨੂੰ ਹੈ। ਇਹ ਸਾਡੀ ਅੱਜ ਦੀ ਆਈਟਮ ਨੰਬਰ ਹੈਗੀ ਹੈ ਜੀ 1, ਲੈਮਨ ਗੋਲਡ ਕਲਰ ਦੀ ਪੈਪਲਮ ਵਿਦ ਪੈਂਟ ਵਿਦ ਚੋਕਰ ਦੁਪੱਟਾ, ਅਤੇ ਆਈਟਮ ਨੰਬਰ 1 ਹੈ। ਅਤੇ ਕਰੋ ਬਟਾ ਰੇਟ ਆ ਕੇ, ਆਈਟਮ ਨੰਬਰ 1 ਹੈ ਜੀ, ਐਕਚੁਅਲ ਰੇਟ ਸੀਗਾ 9790, ਅਤੇ ਲੈਸ ਦੇ ਵਿੱਚ ਪੈ ਰਿਹਾ 10% ਤੁਹਾਨੂੰ 8810 ਓਨਲੀ ਜੀ, 8810। ਲਿਆ ਵੀ ਨੈਕਸਟ ਆਰਟੀਕਲ ਇੱਥੇ ਹੀ ਦਿਖਾਈਏ ਕਰ, ਹੋਰ ਕੀ ਸਾਈਡ ਦੇ। ਲਓ ਜੀ, ਨੈਕਸਟ ਆਰਟੀਕਲ ਪਾਕਿਸਤਾਨੀ ਸਲਵਾਰ ਵਾਲਾ, ਪ੍ਰਿੰਟਡ ਦੇ ਉੱਪਰ ਹਾਈਲਾਈਟ ਹੈ, ਹੈਂਡ ਵਰਕ ਦਾ ਜੀ, ਸੋਹਣਾ ਕੋਂਬੀਨੇਸ਼ਨ ਹੈ, ਮਜੈਂਟਾ ਇੰਟੋ ਗ੍ਰੀਨ ਦਾ ਕੋਂਬੀਨੇਸ਼ਨ ਆਏਗਾ, ਫੁੱਲ ਬਾਜ਼ੂ ਹੈਗੇ ਨੇ, ਇਸ ਤਰ੍ਹਾਂ ਗੋਟਾ ਪੱਟੀ ਦਾ ਕੰਮ ਹੋਇਆ, ਜ਼ਰੀ ਦਾ ਪ੍ਰਿੰਟਡ ਦੇ ਉੱਪਰ ਹਾਈਲਾਈਟ ਹੈ, ਹੈਂਡ ਵਰਕ ਬਹੁਤ ਸੋਹਣਾ, ਬੈਨ ਨੈਕ ਬਣਿਆ, ਸੋਲਿਡ ਨੈਕ ਬਣਿਆ, ਗੋਟਾ ਪੱਟੀ ਮਿਰਰ, ਅਤੇ ਨਾਲ ਬੂਟੀ ਆਏਗੀ, ਅਤੇ ਬੂਟੇ ਆਣ ਕੇ ਬਹੁਤ ਸੋਹਣੇ ਕਲੀਆਂ ਦੇ ਵਿੱਚ, ਛੋਟ ਨਾਰ ਕਲੀ ਹੈ, ਬਾਰਡਰ ਬਹੁਤ ਸੋਹਣਾ, ਕਲਰ ਮੈਚਿੰਗ ਗ੍ਰੀਨ ਇੰਟੂ ਯੈਲੋ ਪਿੰਕ ਦਾ ਕੋਂਬੀਨੇਸ਼ਨ ਹੈ, ਸਲਵਾਰ ਰੈਡੀ ਟੂ ਵੇਅਰ ਹੈਗੀ ਸਾਰੀ, ਆਲ ਓਵਰ ਕੱਚੇ ਕੋਟੇ ਦੀਆਂ ਕਰੋਸ ਲਾਈਨਾਂ ਆਣਗੀਆਂ, ਪੌਂਚਾ ਬਹੁਤ ਸੋਹਣਾ ਬਣਿਆ, ਹਾਈਲਾਈਟ ਕੀਤਾ ਹੈਂਡ ਵਰਕ ਦੇ ਨਾਲ, ਕਲਰ ਇਹਦਾ ਆਏਗਾ ਮਸਟਰਡ ਗੋਲਡ, ਪਿੰਕ ਆ ਗਈ ਇਹਦੀ ਅਨਾਰਕਲੀ, ਬੈਕ ਫਰੰਟ ਦੋਨੋਂ ਨੇ ਜੀ, ਫੈਬਰਿਕ ਬੜਾ ਸੋਹਣਾ, ਜੋਰਜਟ ਬੈਕ 'ਤੇ ਵੀ ਵਰਕ ਹੈ, ਬਾਜ਼ੂ 'ਤੇ ਵਰਕ ਹੈ, ਡਿਜ਼ਾਈਨਰ ਚੀਜ਼ ਹੈਗੀ ਹੈ, ਇਹ ਹੈਗਾ ਬੁਟੀਕ ਸਟਾਈਲ ਵਾਲੇ, ਰੈਡੀਮੇਡ ਪਾਕਿਸਤਾਨੀ ਧੋਤੀ ਸਲਵਾਰ, ਕੰਟਰਾਸਟ ਕੋਂਬੀਨੇਸ਼ਨ, ਪਿਓਰ ਜੋਰਜਟ ਫੈਬਰਿਕ, ਪ੍ਰਿੰਟਡ ਹਾਈਲਾਈਟ ਵਿਦ ਹੈਂਡ ਵਰਕ ਨਾਲ, ਔਰਗੈਂਜ਼ਾ ਦੁਪੱਟਾ ਡਿਜ਼ਾਈਨਰ, ਆਹ ਦੇਖੋ ਦੁਪੱਟਾ ਕਿੰਨਾ ਸ਼ਾਨਦਾਰ ਹੈ ਜੀ, ਬਿਊਟੀਫੁਲ ਦੁਪੱਟਾ, ਮਜੈਂਟਾ ਇੰਟੋ ਗ੍ਰੀਨ ਪੱਲੇ ਪੱਲੇ ਆਣਗੇ, ਬੜਾ ਸੋਹਣਾ ਦੁਪੱਟਾ ਬਣਿਆ, ਪਿਓਰ ਔਰਗੈਂਜ਼ਾ ਦਾ। ਆਈਟਮ ਨੰਬਰ ਅੱਜ ਦੀ ਹੈਗੀ 2 ਨੰਬਰ ਆਈਟਮ ਹੈ ਜੀ, ਅਤੇ ਰੇਟ ਇਹਦਾ ਸੀਗਾ 14590, ਅਤੇ ਲੈਸ ਦੇ ਵਿੱਚ ਆਪਾਂ ਨੂੰ ਪੈ ਰਿਹਾ, ਡਿਸਕਾਊਂਟ ਦੇ ਵਿੱਚ ਪੈ ਰਿਹਾ 13130 ਸਪੈਸ਼ਲ ਡਿਸਕਾਊਂਟ ਦੇ ਵਿੱਚ। ਲਓ ਜੀ, ਡਰੇਪ ਸਾੜੀ ਪ੍ਰੋਪਰ ਡਿਜ਼ਾਈਨਰ ਜੀ, ਸੱਤਿਆਪੁਰ ਸਟਾਈਲ ਦੀ, ਕਿਆ ਬਾਤ ਹੈ, ਕਲਰ ਮੈਚਿੰਗ ਦੇਖੋ, ਸੇਜ ਗ੍ਰੀਨ ਦੇ ਨਾਲ ਰੈੱਡ ਮਰੂਨ ਦਾ ਕੋਂਬੀਨੇਸ਼ਨ ਆਏਗਾ, ਕਲਰਫੁੱਲ ਹੈ ਪਰ ਡਿਜ਼ਾਈਨਰ ਹੈ, ਹੈਵੀ ਬਲਾਊਜ਼ ਆਏਗਾ, ਗਰਲਿਸ਼ ਪਿਓਰ ਸਿਲਕ ਦਾ, ਮੈਰੂਨ ਰੈਡਿਸ਼ ਮੈਰੂਨ ਬਲਾਊਜ਼ ਹੈ, ਸਾਰਾ ਹੈਂਡ ਦਬਕਾ ਔਰ ਪਲ ਦੇ ਵਿੱਚ ਸਿਲਿਆ ਹੋਇਆ, ਸੋਲਿਡ ਵਰਕ ਹੈ ਜੀ, ਐਂਟੀਕ ਦੇ ਵਿੱਚ, ਬਾਜ਼ੂ ਲੱਗ ਜਾਣਗੇ, ਬੈਕ ਫਰੰਟ ਦੋਨੋਂ ਹੈ ਜੀ, ਜਿਹੜੀ ਸਾੜੀ ਹੈ ਨਾ ਇਹ ਰੈਡੀ ਟੂ ਵੇਅਰ ਹੈ ਜੀ,
ਪਿਓਰ ਜੋਜਟ ਦੀ ਡਿਜੀਟਲ ਪ੍ਰਿੰਟਿੰਗ ਵਾਲੀ, ਸੱਤੇ ਪੋਲ ਪ੍ਰਿੰਟਿੰਗ ਵਾਲੀ ਵਿਦ ਹੈਂਡ ਵਰਕ ਹਾਈਲਾਈਟ ਰੈਡੀ ਟੂ ਵੇਅਰ ਪਲੇਟਾਂ ਬਣੀਆਂ ਹੋਈਆਂ ਨੇ ਤੇ ਹੁੱਕ ਲਗਾਓ ਬਸ ਰੈਡੀ ਟੂ ਵੇਅਰ ਇੰਡੋ ਵੈਸਟਰਨ ਸਟਾਈਲ ਦੀ ਰੈਡੀਮੇਡ ਸਾੜੀ ਵਿਦ ਬਲਾਊਜ਼, ਪ੍ਰਿੰਟਡ ਵੀ ਹੈ, ਡਿਜ਼ਾਈਨਰ ਵੀ ਹੈ, ਡਿਫਰੈਂਟ ਵੀ ਹੈ. ਆ ਗਏ ਦੀ ਬੈਕ ਵੀ ਇਸ ਤਰ੍ਹਾਂ ਕ੍ਰੋਸ ਦੇ ਵਿੱਚ ਆਏਗੀ, ਬੜੀ ਸੋਹਣੀ ਬੈਕ ਬਣੀ ਹੈ. ਇਹ ਮਤਲਬ ਕਿ ਪੈਸਾ ਵਸੂਲ ਆਈਟਮਾਂ ਨੇ ਜੀ, ਜਦੋਂ ਮਰਜ਼ੀ ਕੱਢ ਕੇ ਪਾਓ, ਡਿਫਰੈਂਟ ਨੇ, ਡਿਜ਼ਾਈਨਰ ਨੇ ਤੇ ਯੂਨੀਕ ਨੇ. ਰੈਡੀ ਟੂ ਵੇਅਰ ਰੈਡੀਮੇਡ ਬਲਾਊਜ਼ ਵਾਲੀ ਡਰੇਪ ਸਾੜੀ ਵਿਦ ਪ੍ਰਿੰਟਡ ਕਰੋ ਜੀ. ਆਈਟਮ ਨੰਬਰ ਆਏ ਗਿਆ ਅੱਜ ਦੀ 3, ਤੇ ਰੇਟ ਇਹਦਾ ਸੀਗਾ ਜੀ 14,850, ਤੇ ਡਿਸਕਾਊਂਟ ਦੇ ਵਿੱਚ ਪੈ ਰਹੇ 13,365 ਜੀ. ਲਓ ਜੀ, ਨੈਕਸਟ ਆਰਟੀਕਲ ਵੀ ਰੈਡੀਮੇਡ ਸਾੜੀ ਹੈ, ਪਰ ਬਿਊਟੀਫੁਲ ਬੇਬੀ ਪਿੰਕ ਕਲਰ. ਸਿਰਫ ਬਲਾਊਜ਼ ਹੈਵੀ ਸਾੜੀ, ਬਿਲਕੁਲ ਲਾਈਟ ਵੇਟ ਬਲਾਊਜ਼ ਦੇਖਣਾ ਕਿੰਨਾ ਸ਼ਾਨਦਾਰ ਹੈ. ਮਲਟੀ ਸੀਕੁਐਂਸ ਲੈਦਰ ਸਟੋਨ ਸਿਤਾਰਾ ਵਰਕ ਸਟੈਪ ਤੇ ਲੱਗਿਆ, ਅਗਰ ਬਾਜ਼ੂ ਲਵਾਣੇ ਸਟੈਪ ਰੋਡ ਕਰਕੇ ਸਲੀਵਸ ਲਗਵਾ ਦਾਂਗੇ. ਬਲਾਊਜ਼ ਬਹੁਤ ਸੋਹਣਾ, ਹਲਕਾ ਡਰੇਪ ਤੇ ਵੀ ਵਰਕ ਹੈ ਫਰੰਟ ਤੇ. ਇਹ ਵੀ ਡਰੇਪ ਹੈਗੀ ਜਿਹੜੀ ਗਰਾਰਾ ਵਾਲੀ ਡਰੇਪ ਹੈ, ਠੀਕ ਹੈ ਨਾ, ਜਿੱਦਾਂ ਗਰਾਰਾ ਬਣਿਆ ਹੁੰਦਾ ਨਾ, ਸ਼ਰਾਰਾ ਗਰਾਰਾ, ਜੋਰਜਟ ਦਾ ਗਰਾਰਾ ਬਣਿਆ. ਡਰੇਪ ਜਿਹੜੀ ਇਹ ਸਾਈਡ ਤੋਂ ਅਟੈਚ ਆਏਗੀ ਤੇ ਫਰੰਟ ਤੱਕ, ਬੈਕ ਤੋਂ ਲੈ ਕੇ ਨਾ ਇਸ ਤਰ੍ਹਾਂ ਆਏਗੀ, ਆ ਬੈਕ ਡਰੇਪ ਤੋਂ ਸ਼ੁਰੂ ਹੋ ਜਾਏਗੀ, ਫਰੰਟ ਤੱਕ ਆਏਗੀ. ਪੂਰੀ ਡਰੇਪ ਦੇ ਉੱਪਰ ਬਾਰਡਰ ਵਿਦ ਬੂਟੀਆਂ ਬਣੀਆਂ ਹੋਈਆਂ ਨੇ. ਕਲਰ ਹੈਵੀ ਬੇਬੀ ਪਿੰਕ ਕਲਰ ਹੈ, ਬੈਕ ਫਰੰਟ ਦੋਨੋਂ ਆਣ ਗਿਆ. ਬਲਾਊਜ਼ ਹੈਵੀ ਤੇ ਸਾੜੀ ਲਾਈਟ ਵੇਟ ਤੇ ਰੈਡੀ ਟੂ ਵੇਅਰ ਵਾਲਾ ਕਨਸੈਪਟ ਹੈ. ਇੰਡੋ ਵੈਸਟਰਨ ਸਟਾਈਲ ਦਾ ਪ੍ਰੋਪਰ ਗਰਲਿਸ਼ ਹੈ, ਬੇਬੀ ਪਿੰਕ ਕਲਰ ਦੀ ਪਿਓਰ ਜੋਜਟੀ ਸਾੜੀ. ਆਈਟਮ ਨੰਬਰ ਹੈਗੀ ਹੈ 4, 4 ਨੰਬਰ ਆਈਟਮ ਹੈ ਜੀ, ਤੇ ਰੇਟ ਆਏਗਾ 11,880. ਲਓ ਜੀ, ਗਰਲਿਸ਼ ਪੈਪਲਮ ਚਾਰਕੁਲ ਗਰੇ ਕਲਰ ਦੀ ਹਾਈ ਨੈਕ ਰੇਸ਼ਮ ਦੇ ਵਿੱਚ ਸਿਰਫ ਬੈਨ ਬਣਿਆ, ਠੀਕ ਹੈ ਜੀ. ਥਰੈਡ ਦਾ ਹਲਕਾ ਹਾਈਲਾਈਟ ਕੀਤਾ ਹੈ, ਬਾਜ਼ੂ ਨਹੀਂ ਲੱਗਣਗੇ ਕਿਉਂਕਿ ਗਰਲਿਸ਼ ਹਲਕੀ ਡੋਟ ਹੈਗੀ ਮਜੰਟਾ ਕਲਰ ਦੀ, ਤੇ ਪੂਰੇ ਕਲੀਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਰੀ ਬੂਟੀ ਬਣੀ ਹੋਈ ਹੈ ਮਜੰਟਾ ਕਲਰ ਦੀ ਥਰੈਡ ਦੀ. ਨੀਚੇ ਥਰੈਡ ਦਾ ਬਾਰਡਰ ਬਣਿਆ ਸੋਲਿਡ, ਸਾਰਾ ਐਂਕਰ ਐਮਬਰਾਇਡਰੀ ਦਾ ਥਰੈਡ ਦਾ ਕੰਮ ਹੈ ਜੀ. ਨੀਚੇ ਟਲਸਸ ਵੀ ਬਹੁਤ ਸੋਹਣੇ ਆਣਗੇ, ਨਾਲ ਜਾਫਾ ਸ਼ਰਾਰਾ ਆਏਗਾ ਜੋਰਜਟ ਦਾ. ਅੱਜ ਜਿਹੜਾ ਜਾਫਾ ਹੈ ਨਾ ਉਹ ਪਲੇਨ ਆਏਗਾ, ਪਰ ਫੁੱਲ ਫਲੇਅਰ ਦਾ ਇਹ ਸ਼ਰਾਰਾ ਜਾਫਾ ਆਏਗਾ. ਬੈਕ ਫਰੰਟ ਦੋਨੋਂ ਹੈਗੀ ਆ, ਇਹ ਬਿਲਕੁਲ ਲਾਈਟ ਵੇਟ ਹੈ, ਗਰਲਿਸ਼ ਤੇ ਡਿਜ਼ਾਈਨਰ ਹੈ. ਸੈਲੀਬ੍ਰਿਟੀ ਸਟਾਈਲ ਦਾ ਕੀ ਹੋਲ ਆ ਗਿਆ ਬੈਕ ਤੇ, ਹਲਕੀ ਜਿਹੀ ਬੂਟੀ ਬੈਕ ਬਾਰਡਰ ਆ ਗਿਆ ਤੇ ਨਾਲ ਦੁਪੱਟਾ ਬੜਾ ਸੋਹਣਾ ਸਜਾਇਆ. ਕਲਰ ਡਿਫਰੈਂਟ ਹੈ, ਇੰਗਲਿਸ਼ ਕਲਰ ਹੈ, ਕੰਮ ਬਹੁਤ ਸੋਹਣਾ. ਰੇਸ਼ਮ ਦਾ ਹਾਈ ਨੈਕ ਬੈਨ ਨੈਕ ਦੇ ਵਿੱਚ ਹੈ, ਰਾਊਂਡ ਬੋਟ ਨੈਕ ਬਣਿਆ, ਨਾਲ ਦੁਪੱਟਾ ਡਿਜ਼ਾਈਨਰ ਟਸਸ ਵਾਲਾ ਵਿਦ 4 ਸਾਈਡ ਬਾਰਡਰ. ਆ ਦੇਖੋ, ਆ ਟਸਸ ਆਣਗੇ, ਬੂਟੀ ਆਏਗੀ, 4 ਸਾਈਡ ਬਾਰਡਰ ਆਏਗਾ. ਆਈਟਮ ਨੰਬਰ ਹੈਗੀ ਹੈ 5, ਤੇ ਐਕਚੁਅਲ ਰੇਟ ਸੀਗਾ 10,680, ਤੇ ਡਿਸਕਾਊਂਟ ਦੇ ਵਿੱਚ ਹੈ 9,610 ਓਨਲੀ. ਲਓ ਜੀ, ਆਈਵਰੀ ਗੋਲਡ ਨਾਇਰਾ ਕੱਟ ਸੁਪਰ ਬਨਾਰਸੀ ਫੈਬਰਿਕ ਦੇ ਉੱਪਰ ਜੋਰਜਟ ਦਾ ਸਮਰ ਸਪੈਸ਼ਲ. ਲਓ ਜੀ, ਇਹ ਐਕਚੁਅਲੀ ਜਿਹੜਾ ਕਨਸੈਪਟ ਹੈ, ਬਾਜ਼ੂ ਲੱਗਣ ਵਾਲਾ ਹੈਗਾ, ਬਾਜ਼ੂ ਲੱਗ ਜਾਣਗੇ ਜਿੰਨੇ ਕਹੂੰਗੇ ਫੁੱਲ ਲਵਾਉਣੇ. ਹਾਫ ਸੈਲਫ ਮੈਚਿੰਗ ਦੇ ਵਿੱਚ ਹੈ, ਮਤਲਬ ਆਈਵਰੀ ਦੇ ਉੱਪਰ ਆਈਵਰੀ ਕਲਰ ਦਾ ਹੀ ਕੰਮ ਕੀਤਾ ਹੋਇਆ. ਇਸ ਤਰ੍ਹਾਂ ਹੀ ਪੋਟਰੀ ਬਟਨ ਲੱਗੇ ਨੇ ਬੋਟ ਨੈਕ ਤੇ, ਹੈਂਡ ਵਰਕ ਵੀ ਹੋਇਆ ਤੇ ਥਰੈਡ ਵਰਕ ਵੀ ਹੈ, ਸੀਕਵੈਂਸ ਤੇ ਕੱਟਦਾਣੇ ਦਾ ਕੰਮ ਕੀਤਾ. ਬੈਲਟ ਬਹੁਤ ਸੋਹਣੀ ਬਣੀ ਹੈ, ਸਾਰੀ ਵੀਵਿੰਗ ਆਏਗੀ ਕਲੀਆਂ ਦੇ ਵਿੱਚ. ਖੱਡੀ ਦੀ ਆਈਟਮ ਹੈ ਨਾ, ਜੋਰਜਟ ਦੇ ਉੱਪਰ ਸਮਰ ਸਪੈਸ਼ਲ ਹੈ. ਨੀਚੇ ਜਿਹੜੇ ਬਾਰਡਰਸ ਆਣਗੇ ਨਾ ਉਹ ਬੜੇ ਚਿਕਨਕਾਰੀ ਦੇ, ਮਤਲਬ ਸੈਲਫ ਮੈਚਿੰਗ ਸੀਕੁਐਂਸ ਹੈ. ਜਾਲ ਆਏਗਾ, ਬੂਟੀ ਆਏਗੀ, ਜਾਲ ਆਏਗਾ, ਇੱਦਾਂ ਦਾ ਬਰੋਡ ਬਾਰਡਰ ਬਣਿਆ ਤੇ ਸਾਈਡ ਤੋਂ ਓਪਨ ਹੈਗਾ, ਠੀਕ ਹੈ ਜੀ. ਪੋਟਰੀ ਬਣਨ ਆਣਗੇ ਸਾਈਡ ਤੇ, ਸਾਈਡ ਸਲੀਡ ਓਪਨ ਨੇ. ਡੋਰੀ ਲਟਕਣ ਨਾਲ ਜਿਹੜਾ ਪਲਾਜ਼ੋ ਹੈ ਉਹ ਜੋਰਜਟ ਦਾ ਸਿੰਪਲ ਪਲੇਨ ਪਲਾਜ਼ੋ ਹੋਏਗਾ, ਕਿਉਂਕਿ ਫਰੰਟ ਬੈਕ ਦੋਨੋਂ ਬਣੀਆਂ, ਫੁੱਲ ਲੈਂਥ ਦੇ ਵਿੱਚ ਹੈ. ਬੈਕ ਵੀ ਇਸ ਤਰ੍ਹਾਂ ਹੀ ਸੋਹਣੀ ਬਣੀ ਹੈ, ਜਿੱਪਰ ਦੇ ਵਿੱਚ ਟਸਲ ਤੇ ਬੈਕ ਤੇ ਐਮਬਰਾਇਡਰੀ ਹੈ. ਬੈਕ ਬਾਰਡਰ ਬਹੁਤ ਸੋਹਣਾ ਬਣਿਆ, ਪਲਾਜ਼ੋ ਪਲੇਨ ਹੈ, ਪਰ ਸ਼ਰਟ ਬੜੀ ਸੋਹਣੀ ਹੈ. ਆਈਵਰੀ ਗੋਲਡ ਕਲਰ ਦੀ ਸ਼ਰਟ ਆਏਗੀ ਪਿਓਰ ਜੋਰਜਟ ਦੀ. ਆ ਇਹਦਾ ਦੁਪੱਟਾ ਬਣਿਆ ਜੀ, ਦੁਪੱਟਾ ਬੜਾ ਸੋਹਣਾ, ਚਾਰੇ ਪਾਸੇ ਬਾਰਡਰ ਹੈ ਵਿਦ ਟਸਲ ਲੱਗੇ ਹੋਏ ਨੇ ਤੇ ਆਲ ਓਵਰ ਬੂਟੀ ਆਏਗੀ ਦੁਪੱਟੇ 'ਚ. ਆਹ ਲੁੱਕਾਂ ਨਹੀਂ ਹੈ, ਪ੍ਰੋਪਰ ਇੱਕ ਕੈਟਲੁੱਕ ਦੇ ਕਨਸੈਪਟ ਨੇ, ਡਿਜ਼ਾਈਨਰ ਦੇ ਪੀਸ ਨੇ, ਗਰਲਿਸ਼ ਨੇ. ਆਈਟਮ ਨੰਬਰ 6 ਹੈ, ਐਕਚੁਅਲ ਰੇਟ ਸੀਗਾ ਇਹਦਾ 14,240, ਤੇ ਡਿਸਕਾਊਂਟ ਦੇ ਵਿੱਚ ਪੈ ਰਿਹਾ 12,000
815 ਓਨਲੀ ਜੀ, ਰੈਡੀ ਟੂ ਵੇਅਰ। ਲਓ ਜੀ ਨੈਕਸਟ ਆਰਟੀਕਲ, ਇੰਡੋ ਵੈਸਟਰਨ ਸਟਾਈਲ ਦਾ, ਇੰਗਲਿਸ਼ ਕਲਰ ਦਾ, ਲਵੈਂਡਰ ਸ਼ੇਡ, ਡਸਟੀ ਲਵੈਂਡਰ, ਬਿਊਟੀਫੁਲ ਕਰੇਪ ਦੇ ਉੱਪਰ 3 ਪੀਸ ਬਣਾਇਆ। ਬਲਾਊਜ਼ ਟੰਮੀ ਕਵਰ ਵਿਦ ਡਰੇਪ ਸਕਰਟ, ਐਂਡ ਜਿਹੜੀ ਜੈਕਟ ਹੈ ਉਹ ਮੀਡੀਅਮ ਲੈਂਦੀ ਹੈ ਕਿ ਫੁੱਲ ਆਲ ਓਵਰ ਸੀਕੁਐਂਸ ਹੈ, ਸਾਰਾ ਹੈਂਡ ਵਰਕ ਹੈ। ਬਲਾਊਜ਼ ਦੇ ਉੱਪਰ ਵੀ ਕਰੇਪ ਦਾ ਬਲਾਊਜ਼ ਹੈ ਸੇਮ ਕਲਰ ਦਾ, ਪਰ ਟੰਮੀ ਕਵਰ ਆਏਗਾ, ਸਾਰਾ ਸੀਕੁਐਂਸ ਉਹਦਾ ਵਿੱਚ ਬਣਿਆ ਹੋਇਆ, ਕੋਈ ਓਵਰ ਵਰਕ ਨਹੀਂ ਹੈ, ਪਰ ਮੈਟ ਫਿਨਿਸ਼ ਸੀਕੁਐਂਸ ਹੈਗੀ। ਆਕਸੀਡਾਈਜ਼ ਨਾਲ ਡਰੇਪ ਸਕਰਟ ਆਏਗੀ ਪਲੇਨ, ਆਹ ਦੇਖੋ ਨਾ ਪਲੇਟਾਂ ਵਾਲੀ ਸਕਰਟ ਹੈ, ਅਤੇ ਨਾਲ ਜੈਕਟ ਜਿਹੜੀ ਹੈ ਆਲ ਓਵਰ ਹੈ, ਸਾਰਾ ਸੀਕੁਐਂਸ ਦਾ ਜਾਲ ਮਿਲੇਗਾ ਜੈਕਟ ਦੇ ਉੱਪਰ। ਇੰਗਲਿਸ਼ ਕਲਰ ਹੈ, ਡਸਟੀ ਕਲਰ ਹੈ, ਡਿਫਰੈਂਟ ਕਲਰ ਹੈ, 3 ਪੀਸ ਹੈ, ਇੰਡੋ ਵੈਸਟਰਨ ਸਟਾਈਲ ਵਿਦਆਊਟ ਦੁਪੱਟਾ, ਪੂਰੀ ਆਲ ਓਵਰ ਜੈਕਟ, ਠੀਕ ਹੈ ਜੀ। ਨਾਲ ਡਰੇਪ ਸਕਰਟ ਵੀ ਹੈ, ਹਾਈ ਨੈਕ ਦੇ ਵਿੱਚ ਜੈਕਟ ਹੈ ਫੁੱਲ ਬਾਜ਼ੂ ਵਾਲੀ, ਅਤੇ ਪੂਰਾ ਟੰਮੀ ਕਵਰ ਬਲਾਊਜ਼ ਵੀ ਤੁਹਾਨੂੰ ਨਾਲ ਦੇ ਰਹੇ ਹਾਂ। 3 ਪੀਸ ਆਰਟੀਕਲ, ਪ੍ਰੋਪਰ ਗਰਲਿਸ਼, ਇੰਡੋ ਵੈਸਟਰਨ, 3 ਪੀਸ। ਆਈਟਮ ਨੰਬਰ ਕਰੋ ਰਾਜੇ, ਆਈਟਮ ਨੰਬਰ ਹੈ 7 ਜੀ, ਅਤੇ ਰੇਟ ਇਹਦਾ ਸੀਗਾ 12,460, ਅਤੇ ਡਿਸਕਾਊਂਟ ਦੇ ਵਿੱਚ ਪੈ ਰਿਹਾ 11,210 ਜੀ। ਰੈਡੀ ਟੂ ਵੇਅਰ। ਹਾਂ ਠੀਕ ਹੈ, 17 ਹੀ ਦਿੱਤਾ ਇਹਦਾ। ਲਓ ਜੀ ਨੈਕਸਟ ਆਰਟੀਕਲ ਦੇ ਰਿਹਾ ਤੁਹਾਨੂੰ, ਮੀਡੀਅਮ ਲੈਂਥ ਹੈ, ਲੌਂਗ ਸ਼ਰਟ ਦੇ ਨਾਲ ਨਾ ਗੋਟਾ ਪੱਟੀ ਦਾ ਸ਼ਰਾਰਾ ਬਣੇਗਾ, ਬੁਟੀਕ ਸਟਾਈਲ ਕੰਮ ਕੀਤਾ ਹੋਇਆ, ਰੋਜ਼ ਸਿਲਕ ਦੇ ਉੱਪਰ ਨਾ, ਬੜਾ ਸੋਹਣਾ ਕਲਰ ਹੈ, ਮਿੰਟ ਗ੍ਰੀਨ। ਕੰਮ ਦੀ ਕੁਆਲਿਟੀ ਦੇਖਣਾ ਇਹਦਾ, ਬੈਨ ਨੈਕ ਦੇ ਵਿੱਚ ਬਣਿਆ, ਪਿਓਰ ਸਿਲਕ ਦੇ ਉੱਪਰ ਪਲ ਦਾ ਨੈਕ ਹੈ, ਬੂਟੇ ਦੇਖੋ ਸਟਾਈਲਿਸ਼ ਬਣੇ ਆ, ਗਰਲਿਸ਼ ਔਰ ਡਿਜ਼ਾਈਨਰ ਵਰਕ ਕੀਤਾ ਮਿਲੇਗਾ ਤੁਹਾਨੂੰ ਉੱਪਰ, ਕਲਰ ਮੈਚਿੰਗ ਬੜੀ ਪ੍ਰੀਟੀ ਹੈ, ਵਿਦ ਫੈਦਰ ਵੀ ਮਿਲੇਗੀ ਔਰ ਪੋਟਲੀ ਕੰਮ ਵੀ ਮਿਲੇਗਾ, ਦਬਕਾ ਵੀ ਹੈ, ਡੋਰੀ ਵੀ ਹੈ, ਪਾਈਪਿੰਗ ਲੱਗੀ ਹੋਈ ਹੈ ਬਹੁਤ ਸੋਹਣੀ ਬਾਜ਼ੂ ਦੇ ਉੱਪਰ, ਬੈਨ ਨੈਕ ਆ ਗਿਆ, ਪੂਰੀ ਸ਼ਰਟ 'ਤੇ ਇਸ ਤਰ੍ਹਾਂ ਪੀਕੋਕ ਆਣਗੇ, ਅਤੇ ਡਿਜ਼ਾਈਨਰ ਵਰਕ ਮਿਲੇਗਾ, ਚੋਕਰ 'ਤੇ ਪਾਈਪਿੰਗ ਮਿਲੇਗੀ, ਬੜੀ ਅੱਛੀ ਫਿਨਿਸ਼ਿੰਗ ਹੈ, ਮਤਲਬ ਪਲੇਸਿੰਗ ਵਾਲਾ ਕਨਸੈਪਟ ਹੈ, ਸਿਲਕ ਦੀ ਸ਼ਰਟ ਹੈ, ਬੜੇ ਸੋਹਣੇ ਪੀਕੋਕ ਨੇ, ਕਲਰ ਮੈਚਿੰਗ ਬਹੁਤ ਸੋਹਣੀ, ਬੜੀ ਪਿਆਰੀ ਹੈ, ਲਾਈਟ ਵੇਟ ਹੈ, ਡਿਜ਼ਾਈਨਰ ਹੈ, ਕੱਚੇ ਗੋਟੇ ਦਾ ਇਸ ਤਰ੍ਹਾਂ ਲਾਈਨਾਂ ਦੇ ਵਿੱਚ ਸਾਰਾ ਕੰਮ ਮਿਲੇਗਾ ਸ਼ਰਾਰੇ ਦੇ ਉੱਪਰ, ਅਤੇ ਬਾਰਡਰ ਵੀ ਹੈ ਨੀਚੇ, ਰਫਲ ਆਏਗੀ, ਫੁੱਲ ਫਲੇਅਰ ਦਾ ਸ਼ਰਾਰਾ ਵਿਦਆਊਟ ਕੈਨਕੈਨ ਹੈ, ਬੈਕ ਥੋੜ੍ਹੀ ਸਿੰਪਲ ਹੈ, ਠੀਕ ਹੈ ਨਾ, ਬੈਕ ਦਾ ਨੈਕ ਆ ਗਿਆ, ਅਤੇ ਬੈਕ ਚੋਕਾਂ 'ਤੇ, ਅਤੇ ਬਾਰਡਰ ਬਣਿਆ ਵਾ, ਸਲਕਾ ਜਿਹਾ ਫਿਨਿਸ਼ਿੰਗ ਦਿੱਤੀ ਹੈ, ਅਤੇ ਨਾਲ ਔਰਗੈਂਜ਼ਾ ਦੁਪੱਟਾ ਦਿਆਂਗੇ ਡਿਜ਼ਾਈਨਰ, ਜਿਹੜੇ ਹੁੰਦੇ ਨਾ ਬੁਟੀਕ ਸਟਾਈਲ, ਉਹ ਇੱਦਾਂ ਦੇ ਕਨਸੈਪਟ ਹੁੰਦੇ ਨੇ, ਡਿਫਰੈਂਟ ਹੁੰਦੇ ਨੇ, ਸਟਾਈਲਿਸ਼ ਹੁੰਦੇ ਨੇ, ਅਤੇ ਕਲਰ ਮੈਚਿੰਗ ਅਲੱਗ ਹੁੰਦੀ ਹੈ, ਅਤੇ ਫਰਕ ਅਲੱਗ ਹੁੰਦਾ, ਦੁਪੱਟਾ ਬਹੁਤ ਸੋਹਣਾ, ਔਰਗੈਂਜ਼ਾ ਦਾ 4 ਸਾਈਡ ਬਾਰਡਰ ਵਿਦ ਬੂਟੀ ਆਏਗੀ, ਆਹ ਲੁੱਕ ਆਉਣੀ ਹੈ, ਮੀਡੀਅਮ ਲੈਂਥ ਸ਼ਰਟ ਆ, ਪਾਕਿਸਤਾਨੀ ਕਨਸੈਪਟ ਹੈ, ਕਲਰ ਆਏਗਾ ਮਿੰਟ ਗ੍ਰੀਨ, ਫੈਬਰਿਕ ਹੈਗਾ ਸਿਲਕ, ਆਈਟਮ ਨੰਬਰ ਕਰੋ ਆ ਗਏ ਰਾਜੇ, ਆਈਟਮ ਨੰਬਰ ਹੈਗੀ ਹੈ 8, ਇਹਦਾ ਰੇਟ ਸੀਗਾ ਜੀ 18,700, ਅਤੇ ਤੁਹਾਨੂੰ ਡਿਸਕਾਊਂਟ ਦੇ ਵਿੱਚ ਪੈ ਰਿਹਾ 17,000 ਓਨਲੀ ਜੀ, ਰੈਡੀ ਟੂ ਵੇਅਰ। ਲਓ ਜੀ ਇਸੀ ਡਿਜ਼ਾਈਨਰ ਦਾ ਸੈਕਿੰਡ ਕਨਸੈਪਟ, ਸ਼ਾਰਟ ਪੈਪਲਮ ਜੋਰਜਟ ਦੀ ਨਾਰਕਲੀ ਮਲਟੀ ਕਲਰ ਵਰਕ ਵਾਲੀ, ਬਿਊਟੀਫੁਲ ਡਸਟੀ ਪਿੰਕ ਕਲਰ ਆਏਗਾ, ਕੰਮ ਬੜਾ ਫਾਈਨ ਹੈ, ਡਿਫਰੈਂਟ ਬਰੋਡਿਜ ਨੇ, ਫੈਬਰਿਕ ਵਾਈਜ਼, ਡਿਜ਼ਾਈਨਿੰਗ ਵਾਈਜ਼, ਕੁਆਲਿਟੀ ਦੇਖਣਾ ਕਿਆ ਬਾਤ ਹੈ, ਪੀਸ ਦੀ ਕੁਆਲਿਟੀ ਦੇਖੋ, ਪਾਇਆ ਪਤਾ ਲੱਗਦਾ ਜੀ ਪੀਸ, ਐਂਕਰ ਐਮਬਰੋਡਰੀ ਹੈ ਸਾਰੀ, ਦਬਕਾ, ਪਰਲ, ਰੇਸ਼ਮ ਇੱਦਾਂ ਦਾ ਕੰਮ ਹੈ, ਫੁੱਲ ਬਾਜ਼ੂ ਬਣੇ ਹੋਏ ਨੇ, ਦੇਖੋ ਵਰਕ ਵਾਲੇ, ਕੱਟ ਵਰਕ ਨੈਕ ਹੈ, ਬੋਟ ਨੈਕ ਦਾ ਪੂਰਾ ਯੋਕ, ਅਤੇ ਦੇਖੋ ਜਾਲ ਬਣਿਆ ਡਿਜ਼ਾਈਨਰ, ਕਲੀਆਂ ਦੇ ਵਿੱਚ ਬੂਟੀ ਆਏਗੀ ਹਲਕੀ ਹਲਕੀ, ਬਾਰਡਰ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ, ਕੱਟ ਵਰਕ ਦੀ, ਹੈਂਡ ਵਰਕ ਦੀ, ਪਰਲ ਰੇਸ਼ਮ ਥਰੈਡ, ਐਂਕਰ ਐਮਬਰੋਡਰੀ ਹੈਗੀ ਸਾਰੀ, ਜਿਹੜਾ ਇਹਦਾ ਗਰਾਰਾ ਸ਼ਾਰਾ ਆਏਗਾ ਉਹ ਆਲ ਓਵਰ ਗੋਟਾ ਵਰਕ ਦੇ ਵਿੱਚ ਹੈ, ਲਾਈਨਾਂ ਦੇ ਵਿੱਚ ਪਿਓਰ ਜੋਜਟ ਦੇ ਉੱਪਰ ਨਾ ਸਾਰੀ ਲਾਈਨਾਂ ਬਣੀਆਂ, ਕੱਚੇ ਗੋਟੇ ਦੀ, ਅਤੇ ਬਾਰਡਰ ਬਣਿਆ, ਅਤੇ ਨੀਚੇ ਔਰਗੈਂਜ਼ਾ ਦੀ ਰਫਲ ਆਏਗੀ, ਕਲਰਫੁੱਲ, ਵਿਦਆਊਟ ਕੈਨਕੈਨ ਹੈ, ਗਰਲਿਸ਼ ਔਰ ਸਮਾਰਟ ਪੀਸ ਹੈ, ਸਟਿਚਿੰਗ ਆਰਟ ਵਾਲਾ ਕਨਸੈਪਟ ਹੈਗਾ, ਬੈਕ ਇਸ ਤਰ੍ਹਾਂ ਹੈਗੀ, ਕੀ ਹੋਲ ਦੇ ਵਿੱਚ ਬੈਕ ਬੂਟੀ ਹੈ, ਸੁਪਰ ਲੁੱਕ ਹੈ, ਡਸਟੀ ਪਿੰਕ, ਪਿਓਰ ਜੋਰਜਟ ਦਾ, ਇਹ ਸਮਰ ਸਪੈਸ਼ਲ ਨੇ, ਅਲੱਗ ਪਾਉਣਾ, ਵੇਅਰ ਕੁਛ ਡਿਫਰੈਂਟ ਕਰਨਾ, ਨਾਲ ਡਿਜ਼ਾਈਨਰ ਦੁਪੱਟੇ, ਪਿਓਰ ਔਰਗੈਂਜ਼ਾ ਦੇ ਦੁਪੱਟੇ ਜੀ, ਕਿਆ ਬਾਤ ਹੈ, ਆਹ ਲੁੱਕ ਆਉਣੀ ਹੈ ਪੀਸ ਦੀ, ਪ੍ਰੋਪਰ ਗਰਲਿਸ਼ ਹੈ, ਮੈਟ ਫਿਨਿਸ਼ ਲੁੱਕ, ਆਈਟਮ ਨੰਬਰ 9, ਠੀਕ ਹੈ ਜੀ, ਇਹਦਾ ਰੇਟ ਸੀਗਾ 16,300, ਡਿਸਕਾਊਂਟ ਦੇ ਵਿੱਚ ਮਿਲ ਰਿਹਾ 15,000 ਓਨਲੀ, 15 ਰੇਡੀ ਟੂ ਵੇਅਰ।
ਲਓ ਜੀ, ਲਾਈਟ ਵੇਟ ਪਾਰਟੀ ਵੇਅਰ ਸ਼ਰਾਰਾ ਕਰਾਰਾ, ਪ੍ਰਿੰਟਡ ਸਿਲਕ ਦੀ ਸ਼ਰਟ, ਮੈਟ ਫਿਨਿਸ਼, ਫੁੱਲ ਬਾਜ਼ੂ, ਹਲਕਾ ਹਲਕਾ ਵਰਕ ਕੀਤਾ ਬਾਰਡਰ, ਬੂਟੀ ਬਣੀ ਹੋਈ ਹੈ ਤੇ ਪੈਨਲ ਬਣਿਆ ਰਾਊਂਡ ਨੈਕ ਦੇ ਵਿੱਚ, ਰੇਸ਼ਮ ਦੇ ਨਾਲ ਸਾਰਾ ਸੀਕਵੈਂਸ, ਕੱਟਦਾਨਾ, ਗੋਟਾ ਪੱਟੀ ਤੇ ਮਿਕਸ ਵਰਕ ਆਏਗਾ ਪੂਰਾ, ਮਤਲਬ ਕਿ ਜਿਹੜਾ ਜਾਲ ਹੈ ਨਾ ਡਿਜ਼ਾਇਨਰ ਹੈ, ਸਾਈਡਾਂ ਤੇ ਇਸ ਤਰ੍ਹਾਂ ਬੇਲਾਂ ਬਣੀ ਹੈ, ਪੈਨਲ ਬਣਿਆ, ਬਾਰਡਰ ਵਿਦ ਬੂਟੀ ਆਏਗੀ ਨਾਲ, ਪ੍ਰਿੰਟਡ ਕਰਾਰਾ, ਡਿਜੀਟਲ ਪ੍ਰਿੰਟਿੰਗ ਹੈ, ਸਿੰਪਲ ਪਲੇਨ ਪ੍ਰਿੰਟਡ ਕਰਾਰਾ ਆਏਗਾ, ਲਾਈਟ ਵੇਟ ਤੇ ਜਦੋਂ ਮਰਜ਼ੀ ਜਾਗੋ ਤੇ ਪਾਓ, ਕੱਟ ਕੇ ਪਾ ਲਓ, ਜਿੱਥੇ ਮਰਜ਼ੀ ਪਾਓ, ਘਰ ਦਾ ਫੰਕਸ਼ਨ ਹੈ, ਨੇੜੇ ਤੇੜੇ ਹੈ, ਕੋਈ ਬੈਗ ਸਿੰਪਲ ਹੈ, ਪਲੇਨ ਹੈ, ਠੀਕ ਹੈ ਨਾ, ਬਿਲਕੁਲ ਲਾਈਟ ਵੇਟ ਹੈ, ਗਰਲਿਸ਼ ਸ਼ਰਾਰਾ ਕਰਾਰਾ ਬਣਿਆ ਜੀ ਪ੍ਰਿੰਟਡ ਦੇ ਨਾਲ, ਸਿਲਕ ਦੀ ਸ਼ਰਟ ਹੈ, ਲਾਈਟ ਵੇਟ, ਡਸਟੀ ਗ੍ਰੀਨ ਕਲਰ ਆ ਗਿਆ, ਕ੍ਰਸ਼ ਟਿਸ਼ੂ ਦਾ ਟੈਬੀ ਦਾ ਦੁਪੱਟਾ ਆ ਗਿਆ ਨਾਲ, ਇਸ ਤਰ੍ਹਾਂ ਫੋਰ ਸਾਈਡ ਬਾਰਡਰ ਵਿਦ ਟਸਲਸ ਆਣਗੇ ਜੀ, ਆਹ ਲੁੱਕ ਆਣੀ ਹੈ, ਸ਼ਾਰਟ ਸ਼ਰਟ ਦੇ ਨਾਲ ਗਰਾਰਾ ਵਿਦ ਪ੍ਰਿੰਟਡ ਦੁਪੱਟਾ ਜੀ। ਲਓ ਜੀ, ਆਈਟਮ ਨੰਬਰ ਆਏਗੀ 10 ਤੇ ਰੇਟ ਇਹਦਾ ਸੀਗਾ 12,460 ਤੇ ਜਿਹੜਾ ਡਿਸਕਾਊਂਟ ਦੇ ਵਿੱਚ ਮਿਲ ਰਿਹਾ ਉਹ 11,210 ਹੈ ਜੀ। ਮੈਨੂੰ ਹਰ ਪੀਸ ਦੇ ਵਿੱਚ ਨਾਲ ਨਾਲ ਮੈਂ ਤੁਹਾਨੂੰ ਡਿਸਕਾਊਂਟ ਮੈਂਸ਼ਨ ਕਰ ਰਿਹਾ ਵੀ ਇਸੀ ਵੀਡੀਓ ਤੇ ਡਿਸਕਾਊਂਟ ਹੈ, ਬਾਕੀ ਕਿਸੇ ਦੇ ਉੱਪਰ ਨਹੀਂ ਹੈ, ਸਪੈਸ਼ਲ ਇਸੀ ਵੀਡੀਓ ਲਈ ਹੈ। ਕਿਆ ਬਾਤ ਹੈ, ਬਰਾਊਨ ਕਲਰ, ਸ਼ਾਰਟ ਸ਼ਰਟ, ਪੂਰਾ ਪੈਨਲ, ਹਾਈ ਨੈਕ ਦੇ ਵਿੱਚ ਬਾਜ਼ੂ ਲੱਗ ਜਾਣਗੇ, ਸਾਰਾ ਜੁਐਲਰੀ ਵਰਕ ਹੈ ਜੀ, ਮਿਰਰ ਦਾ ਕੱਟਦਾਨਾ ਪਲੱਸ ਜੁਐਲਰੀ, ਬਾਜ਼ੂ ਜਿੰਨੇ ਕਹੋਗੇ ਲਵਾ ਦਾਂਗੇ, ਕੋਈ ਦਿੱਕਤ ਨਹੀਂ ਹੈ, ਹਾਈ ਨੈਕ ਬਣਿਆ, ਪੂਰਾ ਪੈਨਲ ਆਏਗਾ, ਸੈਂਟਰ ਕੱਟ ਹੈ ਵਿਦ ਬੂਟੀ ਆਏਗੀ, ਰੋਜ਼ ਸਿਲਕ ਦੇ ਉੱਪਰ, ਚਾਰਕੋਲ ਚੋਕਲੇਟ ਬਰਾਊਨ ਕਲਰ ਹੈ ਜੀ, ਨਾਲ ਇਹਦਾ ਜਿਹੜਾ ਗਰਾਰਾ ਹੈ ਉਹ ਆਏਗਾ ਕਰੇਪ ਦਾ, ਠੀਕ ਹੈ ਨਾ, ਉੱਪਰੋਂ ਫਿਟਿੰਗ ਪੂਰਾ ਫਲੇਅਰ ਹੈ, ਫਲੇਅਰ ਤੇ ਇਹਦੇ ਲਾਈਨਾਂ ਦੇ ਵਿੱਚ ਵਰਕ ਹੈ, ਹੈਂਡ ਬਾਰਡਰ ਬਣਿਆ ਤੇ ਹਲਕੀ ਕੈਂਕੈਡ ਹੈਗੀ ਹੈ, ਪੂਰਾ ਅੱਛਾ ਪਾਕਿਸਤਾਨੀ ਗਰਾਰਾ ਬਣਿਆ ਜੀ, ਬੈਕ ਇਸ ਤਰ੍ਹਾਂ ਕਿ ਬਾਜ਼ੂ ਵੀ ਲੱਗ ਜਾਣਗੇ, ਔਰ ਖਾਸੀਅਤ ਜਿਹੜੀ ਨਾ ਕੋਂਬੀਨੇਸ਼ਨ ਹੈ, ਚੋਕਲੇਟ ਬਰਾਊਨ ਦੇ ਨਾਲ ਨਾ ਬੇਜ ਗੋਲਡ ਦਾ ਕੋਂਬੀਨੇਸ਼ਨ ਆਏਗਾ ਇਸ ਤਰ੍ਹਾਂ, ਆਹ ਦੇਖੋ। ਲਓ ਜੀ, ਕਿਆ ਬਾਤ ਹੈ, ਆਈਵਰੀ ਗੋਲਡ ਦਾ ਕੋਂਬੀਨੇਸ਼ਨ ਹੈ ਚੋਕਲੇਟ ਬਰਾਊਨ ਦੇ ਨਾਲ, ਪਿਓਰ ਰੋਸਟ ਦੀ ਸ਼ਰਟ ਹੈ, ਕਰੇਪ ਦਾ ਗਰਾਰਾ, ਚਨੋਨ ਦਾ ਦੁਪੱਟਾ, ਫੋਰ ਸਾਈਡ। ਆਈਟਮ ਨੰਬਰ ਕਰੋ ਰਾਜੇ, ਆਈਟਮ ਨੰਬਰ 11, ਐਕਚੁਅਲ ਰੇਟ ਸੀਗਾ 17,800 ਤੇ ਡਿਸਕਾਊਂਟ ਦੇ ਵਿੱਚ ਮਿਲ ਰਿਹਾ 16,020 ਓਨਲੀ। ਲਓ ਜੀ, ਸਿੰਗਲ ਪੀਸ ਆਰਟੀਕਲ, ਵੈਸਟਰਨ ਲੁੱਕ ਦਾ ਗਾਊਨ, ਵਾਈਨ ਕਲਰ ਦਾ ਕੇਪ ਵਾਲਾ ਗਾਊਨ ਜੀ, ਪਿਓਰ ਚਨੋਨ ਦੇ ਉੱਪਰ, ਸੈਲਫ ਮੈਚਿੰਗ ਵਾਲਾ, ਹਲਕਾ ਜਿਹਾ ਵਰਕ ਹੈ, ਹਾਈਲਾਈਟ ਕੀਤਾ ਸਰਵੋਸਕੀ ਦੇ ਨਾਲ, ਕੇਪ ਹੈਗੀ ਹੈ, ਮਿਡਲ ਥੋੜਾ ਨਾ ਸੀ ਥਰੂ ਹੈ, ਨੈਟ ਹੈਗੀ ਹੈ ਪਰ ਕਵਰ ਕਰ ਸਕਦੇ ਹਾਂ, ਬਾਕੀ ਸਾਰਾ ਪਲੇਨ ਹੈ ਜੀ, ਚਨੋਨ ਫੈਬਰਿਕ ਹੀ ਆਏਗਾ ਤੇ ਹਲਕੇ ਹਲਕੇ ਸਤਾਰੇ ਲੱਗੇ ਹੋਏ ਨੇ ਵਿੱਚ, ਕੈਨ ਕੈਨ ਸਿੰਗਲ ਏ ਰੇਡ ਕੀਤੀ ਹੈ, ਫੁੱਲ ਲੈਂਥ ਡਰੈਸ ਆਏਗੀ, ਲਾਈਟ ਵੇਟ ਔਰ ਗਰਲਿਸ਼, ਜਦੋਂ ਮਰਜ਼ੀ ਕੱਟ ਕੇ ਪਾਓ, ਬੈਕ ਫਰੰਟ ਦੋਨੋਂ ਬੋਟ ਨੈਕ ਦੇ ਵਿੱਚ ਹੈ ਤੇ ਹਲਕੀ ਕੇਪ ਬਣੀ ਹੋਈ ਉੱਪਰ, ਬੜਾ ਸਮਾਰਟ ਫਿਟਿੰਗ ਵਾਲਾ ਕਨਸੈਪਟ ਹੈ, ਬੜਾ ਪਿਆਰਾ ਗਾਊਨ ਹੈ, ਵੈਸਟਰਨ ਲੁੱਕ ਦਾ, ਵਾਈਨ ਕਲਰ ਦਾ, ਗਰਲਿਸ਼ ਗਾਊਨ ਹੈ, ਪਿਓਰ ਚਨੋਨ ਫੈਬਰਿਕ ਹੈ। ਆਈਟਮ ਨੰਬਰ ਜਿਹੜੀ ਅੱਜ ਦੀ ਆਏਗੀ ਇਹਦੀ 12 ਨੰਬਰ ਆਈਟਮ ਆਏਗੀ ਜੀ, ਸਿੰਗਲ ਪੀਸ ਗਾਊਨ ਦੀ, ਤੇ ਇਹਦਾ ਰੇਟ ਸੀਗਾ 10,680, ਡਿਸਕਾਊਂਟ ਦੇ ਵਿੱਚ ਪੈ ਰਿਹਾ ਆਪਾਂ ਨੂੰ 9,610, 96 ਹੈ। ਲਓ ਜੀ, ਐਂਕਲ ਲੈਂਥ ਨਾਰਕਲੀ, ਨੇਵੀ ਬਲੂ ਕਲਰ ਦੀ, ਥਰੈਡ ਵਰਕ ਵਾਲੀ, ਮੈਟ ਫਿਨਿਸ਼, ਬਾਜ਼ੂ ਲੱਗੇ ਹੋਏ ਨੇ, ਪਾਈਪਿੰਗ ਲੱਗੀ ਹੈ, ਬੂਟੀ ਹੈਗੀ, ਪਿਓਰ ਜੋਜੋ ਬਟ ਥਰੈਡ ਦਾ ਕੰਮ ਹੈ, ਵੀ ਨੈਕ ਆਏਗਾ ਇਸ ਤਰ੍ਹਾਂ, ਠੀਕ ਹੈ ਜੀ, ਸਾਰਾ ਦਬਕਾਂ ਟੀਕ ਔਰ ਕੁਟਕੀ ਦਾ ਕੰਮ ਹੈ, ਬਟਨ ਲੱਗੇ ਨੇ, ਪਲੇਸਿੰਗ ਵਰਕ ਹੋਇਆ ਸਾਰਾ ਬੇਲਾਂ ਦੇ ਵਿੱਚ, ਥਰੈਡ ਦਾ ਹਲਕਾ ਹਲਕਾ ਹਾਈਲਾਈਟ ਕੀਤਾ ਇਹਨੂੰ, ਹੈਂਡ ਵਰਕ ਨਾਲ ਸਾਰੀ ਆਲ ਓਵਰ ਕਲੀਆਂ ਦੇ ਵਿੱਚ ਬੂਟੀ ਆਏਗੀ ਜੀ, ਤੇ ਫਲੇਅਰ ਜਿਹੜਾ ਹੈ ਨਾ ਬੜਾ ਸੋਹਣਾ ਬਣਿਆ ਇਹਦਾ, ਕਿਆ ਬਾਤ ਹੈ ਨਾ, ਪੋਟਰੀ ਬਟਨ ਦੇ ਨਾਲ ਕੰਟਰਾਸਟ ਬਾਰਡਰ ਵੀ ਹੈ ਆਪਣਾ, ਬਰਾਊਨ ਜੇ ਕਲਰ ਦਾ ਨੇਵੀ ਦੇ ਨਾਲ, ਤੇ ਉੱਪਰ ਕਲਰ ਮੈਚਿੰਗ ਦੇਖੋ ਕਿੰਨੀ ਸੋਹਣੀ ਹੈ, ਬੇਜ ਮੋ ਪਿੰਕ ਇਦਾਂ ਦੇ ਕੋਂਬੀਨੇਸ਼ਨ ਨੇ, ਹਾਈਲਾਈਟ ਵੀ ਹੈ, ਪੂਰੇ ਫਲੇਅਰ ਦੇ ਉੱਪਰ ਵਰਕ ਹੈ ਜੀ, ਨਾਲ ਪਲਾਜ਼ੋ ਜਿਹੜਾ ਜੋਰਜਟ ਦਾ ਰੈਡੀ ਟੂ ਵੇਅਰ, ਉਹਦੇ ਪੌਂਚਿਆਂ ਦੇ ਵੀ ਤੁਹਾਨੂੰ ਵਰਕ ਮਿਲੇਗਾ, ਠੀਕ ਹੈ ਨਾ, ਆਲ ਓਵਰ ਪਲੇਨ ਪਲਾਜ਼ੋ ਜੋਰਜਟ ਦਾ ਵਿਦ ਬੂਟੀ ਬਾਰਡਰ ਬਣਿਆ, ਅਲਟੀਮੇਟ ਲੁੱਕ ਹੈ, ਗਰਲਿਸ਼ ਨਾਰਕਲੀ ਹੈ ਜੀ, ਐਂਕਲ ਲੈਂਥ, ਫਰੰਟ ਬੈਕ ਦੋਨੋਂ, ਆਹ ਦੇਖੋ ਬੈਕ ਬੜੀ ਸੋਹਣੀ ਹੈ, ਬੈਕ ਜ਼ਿਪਰ ਤੇ ਬੈਕ ਫਲੇਅਰ ਤੇ ਬੜਾ ਔਰ ਫੁੱਲ ਫਲੇਅਰ ਹੈਗਾ, ਇੰਨਾ ਸੋਹਣਾ ਫਲੇਅਰ ਹੈ ਨਾ, ਨਾਲ ਕੰਟਰਾਸਟ ਵੀ ਦੁਪੱਟਾ ਬਹੁਤ ਸੋਹਣਾ ਤੇ ਨਾਲ ਪਲਾਜ਼ੋ ਨਾਲ ਹੈ, ਠੀਕ ਹੈ ਨਾ, ਬਾਅਦ ਚੋਂ ਪੈਂਟ ਨਾਲ ਪਾਉਣਾ, ਪਜਾਮੀ ਨਾਲ ਪਾਉਣਾ, ਉਹਦੇ ਨਾਲ ਵੇਅਰ ਕਰੋ, ਕੋਂਬੀਨੇਸ਼ਨ ਦੇਖੋ,
ਨੇਵੀ ਦੇ ਨਾਲ ਨਾ ਵਾਈਨ ਡਸਟੀ ਵਾਈਨ ਦਾ ਕੋਂਬੀਨੇਸ਼ਨ ਹੈ। ਆਹ ਦੇਖੋ ਡਸਟੀ ਮੈਰੂਨਿਸ਼ ਵਾਈਨ ਦਾ ਕੋਂਬੀਨੇਸ਼ਨ, ਦੁਪੱਟਾ ਬਹੁਤ ਸੋਹਣਾ, ਕੰਟਰਾਸਟ ਦੁਪੱਟਾ ਆਏਗਾ, ਫੋਰ ਸ਼ੇਡ ਬਾਰਡਰ ਵਿਦ ਬੂਟੀ ਹੈ ਜੀ, ਪਿਓਰ ਜੋਰਜਟ ਫੈਬਰਿਕ ਹੈ। ਆਈਟਮ ਨੰਬਰ ਜਿਹੜੀ ਅੱਜ ਦੀ ਆਏਗੀ ਇਹ 13 ਨੰਬਰ ਆਈਟਮ ਹੈ। ਇਹਦਾ ਰੇਟ ਸੀਗਾ 16,190, ਡਿਸਕਾਊਂਟ ਦੇ ਵਿੱਚ ਮਿਲਿਆ 14,570 ਹੁੰਦੀ, ਸਪੈਸ਼ਲ ਡਿਸਕਾਊਂਟ ਹੈ ਜੀ ਓਨ ਕਸਟਮਰ ਡਿਮਾਂਡ। ਲਓ ਜੀ ਨੈਕਸਟ ਆਰਟੀਕਲ, ਫੁੱਲ ਲੈਂਥ ਅਨਾਰਕਲ ਜੀ, ਲਾਈਟ ਵੇਟ ਪਾਰਟੀ ਵੇਅਰ ਲੁੱਕ ਵਾਲੀ, ਫੁੱਲ ਬਾਜ਼ੂ ਦੇ ਨਾਲ, ਹਾਈ ਨੈਕ ਤੇ ਹਾਈਲਾਈਟ ਕੀਤਾ, ਜ਼ਰੀ ਪੀਟਾ ਸੀਕੁਐਂਸ, ਬਟਨ ਲੱਗੇ ਹੋਏ ਨੇ, ਪੈਨਲ ਬਣਿਆ, ਫੁੱਲ ਬਾਜ਼ੂ ਬਾਰਡਰ ਬਣਿਆ, ਬਾਕੀ ਪਲੇਨ ਹੈ, ਜੋਰਜਟ ਦੀ ਨਾਲ ਕਲੀ ਹੈ, ਲਾਈਟ ਵੇਟ ਤੇ ਇਸ ਤਰ੍ਹਾਂ ਪੈਨਲ ਤੇ ਯੋਕ ਬਣਿਆ ਜੀ, ਪੂਰੀ ਕਲੀਆਂ ਦੇ ਵਿੱਚ ਛੜੀਆਂ ਬਣੀਆਂ ਹੋਈਆਂ ਨੇ ਵਰਕ ਦੀਆਂ, ਜ਼ਰੀ ਪੀਟੇ ਦੀਆਂ, ਸੀਕੁਐਂਸ ਦੀਆਂ, ਹੈਂਡ ਵਰਕ ਦੀਆਂ, ਪੂਰੇ ਬੂਟੇ ਬਣੇ ਹੋਏ ਨੇ, ਪੂਰੇ ਫਲੇਅਰ ਦੇ ਉੱਪਰ ਸੋਲਿਡ ਬਾਰਡਰ ਮਿਲੇਗਾ, ਫੁੱਲ ਫਲੇਅਰ ਹੈ ਵਿਦਆਊਟ ਕੈਨਕੈਨ ਹੈ, ਫੁੱਲ ਲੈਂਥ ਹੈ, ਬੈਕ ਇਸ ਤਰ੍ਹਾਂ ਆਏਗੀ, ਹਾਈ ਨੈਕ ਬੈਕ ਬਾਰਡਰ ਵੀ ਬਣਿਆ ਤੇ ਬੈਕ ਫਲੇਅਰ ਤੇ ਵਰਕ ਆਏਗਾ। ਬੜੀ ਸੋਹਣੀ ਲਾਈਟ ਵੇਟ ਪਾਰਟੀ ਵੇਅਰ ਵਾਲੀ, ਬੜੀ ਅੱਛੀ ਕਲਰ ਵਾਈਨ ਕਲਰ ਵਾਲੀ ਨਾਰਕਲੀ ਹੈ, ਪਿਓਰ ਸ਼ਿਫੋਨ ਦਾ ਦੁਪੱਟਾ ਦਿਆਂਗੇ, ਠੀਕ ਹੈ ਜੀ। ਪੱਲੇ ਪੱਲੇ ਬਣੇ ਹੋਏ ਵਿਦ ਬੂਟੀ ਆਏਗੀ, ਠੀਕ ਹੈ ਜੀ। ਆਹ ਲੁੱਕਾਂ ਨੀ ਹੈ ਫੁੱਲ ਲੈਂਥ ਨਾਰਕਲੀ ਦੀ। ਲਓ ਜੀ ਆਈਟਮ ਨੰਬਰ ਕਰੋ ਅੱਗੇ ਬੇਟਾ, ਠੀਕ ਹੈ ਜੀ। ਆਹ ਹੈਗੀ ਆ ਆਈਟਮ ਨੰਬਰ ਅੱਜ ਦੀ 14, ਤੇ ਇਹਦਾ ਰੇਟ ਸੀਗਾ 13,310, ਤੇ ਲੈਸ ਦੇ ਵਿੱਚ ਪੈ ਰਿਹਾ 11,970 ਓਨਲੀ। ਲਓ ਜੀ ਨੈਕਸਟ ਆਰਟੀਕਲ, ਲਾਈਟ ਵੇਟ ਪਾਰਟੀ ਵੇਅਰ ਲੁੱਕ ਦਾ ਲਹਿੰਗਾ ਚੋਲੀ। ਇਹਦੇ ਚ ਖਾਸੀਅਤ ਕੀ ਹੈ ਕਿ ਚੋਲੀ ਤੇ ਵਰਕ ਹੈ, ਲਹਿੰਗਾ ਸਿੰਪਲ ਆਏਗਾ, ਕਲਰ ਹੈਗਾ ਮੋਵ, ਕੰਮ ਆਏਗਾ ਰੇਸ਼ਮ ਦਾ, ਜੋਰਜਟ ਫੈਬਰਿਕ ਹੈ। ਆਹ ਦੇਖੋ ਰੇਸ਼ਮ ਦੇ ਨਾਲ ਸਾਰਾ ਹਾਈਲਾਈਟ, ਹੈਂਡ ਵਰਕ, ਦਬਕਾ, ਮਿਰਰ, ਪਲ ਦੇ ਵਿੱਚ ਸਟੋਨ ਵੀ ਲੱਗਾ, ਬੜਾ ਸੋਹਣਾ ਗਰਲਿਸ਼ ਬਲਾਊਜ਼ ਬਣਾਇਆ, ਬੈਲਟ ਵੀ ਇਹਦੀ ਵਰਕ ਵਾਲੀ ਹੈ ਲਹਿੰਗੇ ਦੀ, ਆਹ ਬੈਲਟ ਤੇ ਕੰਮ ਕੀਤਾ ਹੋਇਆ, ਪਰ ਬਲਾਊਜ਼ ਹੈਵੀ ਹੈ। ਲਹਿੰਗੇ ਦੇ ਸਿਰਫ ਹਲਕਾ ਜਿਹਾ ਸਲੀਕ ਬਾਰਡਰ ਬਣਿਆ ਮਿਡਲ ਦੇ ਵਿੱਚ, ਹਲਕੀ ਕੈਨ ਵੀ ਲਗਾਈ ਹੈ ਫਲੇਅਰ ਲਈ, ਸਮਾਰਟ ਜਿਹਾ ਪੀਸ ਹੈ, ਗਰਲਿਸ਼ ਦਾ ਪੂਰਾ ਹੈਵੀ ਬਲਾਊਜ਼, ਲਾਈਟ ਵੇਟ ਲਹਿੰਗਾ, ਬੈਕ ਫਰੰਟ ਦੋਨੋਂ ਹੈਗੀਆਂ, ਆ ਗਈ ਇਹਦੀ ਬੈਕ, ਬੈਕ ਥੋੜ੍ਹੀ ਡੀਪ ਹੈ ਪਰ ਬੈਕ ਤੇ ਵਰਕ ਹੈ, ਪਰ ਕਵਰ ਕਰ ਸਕਦੇ, ਕੋਈ ਦਿੱਕਤ ਨਹੀਂ ਹੈ। ਨਾਲ ਕੰਟਰਾਸਟ ਦੁਪੱਟਾ ਦਿਆਂਗੇ ਇਹਦੇ, ਇਹ ਪੀਚ ਕਲਰ ਦਾ ਦੁਪੱਟਾ ਹੈਗਾ ਜੀ, ਆਕਰ ਉਹ ਦੁਪੱਟਾ, ਬੜੀ ਟੂ ਪੀਸ ਲਹਿੰਗਾ ਚੋਲੀ ਹੈ, ਲਾਈਟ ਵੇਟ ਹੈ, ਗਰਲਿਸ਼ ਆਈਟਮ ਹੈ ਜੀ, ਨਾਲ ਡਿਜ਼ਾਈਨਰ ਦੁਪੱਟਾ ਦਿਆਂਗੇ ਇਸ ਤਰ੍ਹਾਂ, ਠੀਕ ਹੈ ਜੀ। ਫੋਰ ਸਾਈਡ ਬਾਰਡਰ ਬਣਿਆ ਨੈਟ ਦੇ ਉੱਪਰ, ਪੀਚ ਕਲਰ ਦਾ ਦੁਪੱਟਾ ਆਏਗਾ, ਨਾਲ ਟਸਲ ਦਾਨਗੇ ਜੀ। ਆਲੋ ਆਲੂ ਕਹਾਣੀ ਹੈ, ਮੋਵ ਕਲਰ ਦਾ ਪਾਰਟੀ ਵੇਅਰ ਲਹਿੰਗਾ ਚੋਲੀ। ਆਈਟਮ ਨੰਬਰ ਆਜ ਕੀ ਹੈ ਜੀ, 15 ਨੰਬਰ ਆਈਟਮ ਹੈ ਜੀ, ਤੇ ਰੇਟ ਇਸਕਾ ਸੀਗਾ 11,350, ਤੇ ਲੈਸ ਦੇ ਵਿੱਚ ਪੈ ਰਿਹਾ 10,320 ਓਨਲੀ। ਲਓ ਜੀ ਨੈਕਸਟ ਆਰਟੀਕਲ ਦਿਆਂਗੇ, ਪ੍ਰਿੰਟਡ ਲਹਿੰਗਾ, ਬਲੈਕ ਕਲਰ, ਕਿਆ ਬਾਤ ਹੈ, ਬਲੈਕ ਦੇ ਉੱਪਰ ਕਲਰ ਮੈਚਿੰਗ ਦੇਖੋ, ਸਿੰਪਲ ਪ੍ਰਿੰਟਿੰਗ ਹੈ ਜੀ, ਵਿਦਆਊਟ ਕਰੇਪ ਚਨੋਨ ਦੇ ਉੱਪਰ ਪ੍ਰਿੰਟਿੰਗ ਹੈ, ਡਿਜੀਟਲ ਸੱਤਿਆਪੋਲ ਪ੍ਰਿੰਟਿੰਗ ਵਾਲਾ ਲਹਿੰਗਾ, ਬਲਾਊਜ਼ ਬਹੁਤ ਸੋਹਣਾ ਬਣਿਆ, ਵੀ ਨੈਕ ਵਾਲਾ, ਠੀਕ ਹੈ, ਇਹਦੇ ਉੱਪਰ ਸਾਰਾ ਪਲ ਵਰਕ ਕੀਤਾ ਹੈ, ਠੀਕ ਹੈ ਜੀ, ਬਾਰਡਰ ਬਣਿਆ ਸਾਰਾ ਹੈਂਡ ਵਰਕ ਦਾ, ਬਾਕੀ ਪ੍ਰਿੰਟਡ ਹੈ ਬਲਾਊਜ਼, ਫਰੰਟ ਬੈਕ, ਬੈਕ ਪੂਰੀ ਕਵਰ ਹੈ, ਫਰੰਟ ਥੋੜ੍ਹੀ ਡੀਪ ਹੈ, ਕਵਰ ਕਰ ਸਕਦੇ ਹੈ, ਟੰਮੀ ਕਵਰ ਬਲਾਊਜ਼ ਆਏਗਾ ਪ੍ਰਿੰਟਡ, ਠੀਕ ਹੈ ਜੀ, ਬੜਾ ਸੋਹਣਾ ਪਿਓਰ ਚਨੋਨ ਦਾ ਵਿਦ ਹੈਂਡ ਵਰਕ ਆਏਗਾ, ਔਰ ਫੁੱਲ ਫਲੇਅਰ ਦਾ ਲਹਿੰਗਾ ਹੈ ਜੀ, ਆਹ ਦੇਖੋ ਨਾ, ਫੁੱਲ ਫਲੇਅਰ ਦਾ ਲਹਿੰਗਾ, ਪੂਰਾ ਪ੍ਰਿੰਟਡ ਜਿਹੜਾ ਨਾ, ਸਾਰਾ ਪ੍ਰਿੰਟਿੰਗ ਹੀ ਮਿਲੇਗੀ, ਕੋਈ ਵਰਕ ਨਹੀਂ ਹੈ ਲਹਿੰਗੇ ਦੇ ਉੱਪਰ, ਸੱਤਿਆਪੋਲ ਦੀ ਬਿਗ ਫਲਾਵਰ ਪ੍ਰਿੰਟਿੰਗ ਹੋਇਆ, ਕਲਰ ਮੈਚਿੰਗ ਬਹੁਤ ਸੋਹਣੀ ਹੈ, ਬਲੈਕ ਦੇ ਉੱਪਰ ਬੈਕ ਫਰੰਟ ਦੋਨੋਂ ਆਏਗੀ, ਬੈਕ ਤੇ ਇਸ ਤਰ੍ਹਾਂ ਬੈਲਟ ਸ਼ੋ ਹੋਏਗੀ ਜੀ, ਬੈਕ ਮਤਲਬ ਚੋਲੀ ਪ੍ਰਿੰਟ ਵੀ ਆਏਗੀ, ਤੇ ਬੈਕ ਹੈਂਡ ਵਰਕ ਵੀ ਬਣਿਆ, ਬੜਾ ਸਮਾਰਟ ਜਿਹਾ ਗਰਲਿਸ਼ ਜੀ ਆਈਟਮ ਹੈ, ਇਹ ਬਿਲਕੁਲ ਲਾਈਟ ਵੇਟ ਹੈ, ਜਦੋਂ ਮਰਜ਼ੀ ਕੱਟ ਕੇ ਪਾ ਲਓ, ਡੰਪ ਨਹੀਂ ਹੁੰਦੀ, ਨਾ ਨੈਟ ਦਾ ਦੁਪੱਟਾ, ਫੋਰ ਸਾਈਡ ਪ੍ਰਿੰਟਡ ਬਾਰਡਰ ਆਏਗਾ ਦੁਪੱਟੇ 'ਚ ਵੀ, ਕਲਰ ਆਏਗਾ ਜੈੱਟ ਬਲੈਕ ਜੀ, ਤੇ ਦੁਪੱਟਾ ਨਾਲ ਹੈਗਾ ਪ੍ਰਿੰਟਡ ਬਲੈਂਗਾ ਚੋਲੀ ਹੈ, ਪਾਰਟੀ ਵੇਅਰ, ਲਾਈਟ ਵੇਟ, ਜਦੋਂ ਮਰਜ਼ੀ ਕੱਟ ਕੇ ਪਾਓ, ਵੇਅਰ ਹੋਣ ਵਾਲੀ ਆਈਟਮ ਹੈ। ਆਈਟਮ ਨੰਬਰ 16 ਹੈ ਜੀ ਅੱਜ ਦੀ, ਅਤੇ ਰੇਟ ਸੀਗਾ ਇਹਦਾ 14,240, ਡਿਸਕਾਊਂਟ ਦੇ ਵਿੱਚ ਮਿਲ ਰਿਹਾ 12,815 ਉਹਦੀ। ਲਓ ਜੀ ਨੈਕਸਟ ਆਰਟੀਕਲ, ਇਹ ਵੀ ਹੈ ਮਲਟੀ ਕਲਰ ਪ੍ਰਿੰਟਿੰਗ ਲਹਿੰਗਾ ਚੋਲੀ, ਰਾਜਸਥਾਨੀ ਪ੍ਰਿੰਟਿੰਗ ਹੈ ਸਾਰੀ ਜੀ, ਹਾਈਲਾਈਟ ਵਾਲਾ, ਟੰਮੀ ਕਵਰ ਬਲਾਊਜ਼ ਹੈ, ਥਰੈਡ ਵਰਕ ਦਾ, ਚਿਕਨਕਾਰੀ ਦਾ, ਬੈਲ ਬਾਜ਼ੂ ਆਣਗੇ ਵਿਦ ਪ੍ਰਿੰਟਡ ਨੇ, ਪਹਿਲੇ ਮੂਰੇ ਪ੍ਰਿੰਟਡ ਬਾਜ਼ੂ ਆ ਗਏ ਕਰੇਪ ਦੇ ਉੱਪਰ, ਫਿਰ ਚਿਕਨਕਾਰੀ ਹੈ, ਪੂਰਾ ਬਲਾਊਜ਼ ਟੰਮੀ ਕਵਰ ਹੈ, ਨੈਕ ਬਹੁਤ ਸੋਹਣਾ ਬਣਿਆ ਪ੍ਰਿੰਟਡ,
ਹਾਈਲਾਈਟ ਕੀਤਾ, ਸੀਕੁਐਂਸ ਦਾ ਟਮੀ ਕਵਰ ਆਏਗਾ ਤੇ ਨਾਲ ਆ ਗਿਆ ਇਸ ਤਰ੍ਹਾਂ ਰਾਜਸਥਾਨੀ ਪ੍ਰਿੰਟ ਵਾਲਾ ਲਹਿੰਗਾ ਚੋਲਾ, ਹਲਕਾ ਹਲਕਾ ਨਾ ਹਾਈਲਾਈਟ ਹੈ ਸਟੋਨ ਦੇ ਨਾਲ, ਸੀਕੁਐਂਸ ਦੇ ਨਾਲ ਤੇ ਗੋਟੇ ਦੀਆਂ ਲਾਈਨਾਂ ਬਣੀਆਂ ਤੇ ਪ੍ਰਿੰਟ ਨੂੰ ਵੀ ਹਲਕਾ ਹਲਕਾ ਵਰਕ ਕੀਤਾ ਵੀ ਕਿ ਮਤਲਬ ਕਿ ਪਾਰਟੀ ਵੇਅਰ ਲੁੱਕ ਆਵੇ, ਥੋੜੀ ਸ਼ਾਈਨਿੰਗ ਆ ਜਾਵੇ। ਪ੍ਰਿੰਟ ਤਾਂ ਹੈ ਹੀ ਸੋਹਣਾ ਵਾ ਪਰ ਥੋੜੀ ਜਿਹੀ ਸਟੋਨ ਨਾਲ ਅੱਛਾ ਲੱਗਦਾ, ਲੁੱਕ ਵੇਅਰ ਹੋ ਜਾਂਦਾ, ਕੰਸੈਪਟ ਵੇਅਰ ਹੋਣ ਵਾਲੇ ਨੇ ਜਦੋਂ ਮੇਰੇ ਨਾਲ। ਵੇਟ ਹੈ ਨਾ ਰੇਟ ਹੈ, ਬਿਲਕੁਲ ਲਾਈਟ ਵੇਟ ਹੈ ਜੀ, ਸਿੰਪਲ ਸੋਬਰ ਐਲੀਗੈਂਟ, ਬ੍ਰਾਈਟ ਕਲਰ ਮੈਚਿੰਗ ਹੈ ਪਰ ਸੋਹਣਾ ਲੱਗਦਾ। ਕੰਟਰਾਸਟ ਦੁਪੱਟਾ ਫੋਰ ਸਾਈਡ ਨੈਟ ਦਾ ਦੁਪੱਟਾ ਆਏਗਾ, ਪ੍ਰਿੰਟਡ ਔਰੇਂਜ ਕਲਰ ਦਾ ਦੁਪੱਟਾ ਹੈ ਜੀ, ਪਿੰਕ ਟੂ ਇੰਚੂ ਔਰੇਂਜ ਦਾ ਕੰਬੀਨੇਸ਼ਨ ਹੈ। ਆਲੋ ਆਲੋ ਕਾਣੀ ਹੈ, ਇਹਨੂੰ ਅਨਾਰਕਲੀ ਵੀ ਬਣਾ ਸਕਦੇ ਅਟੈਚ ਕਰਕੇ, ਚਾਹੇ ਲਹਿੰਗਾ ਚੋਲੀ ਪਾ ਲਓ। ਰੇਟ ਦੇਖੋ ਜੀ 11,570, ਡਿਸਕਾਊਂਟ ਦੇ ਵਿੱਚ 10,410। ਲਓ ਜੀ ਕਿਆ ਬਾਤ ਹੈ, ਸਟਿਚਿੰਗ ਆਰਟ ਇੰਡੋ ਵੈਸਟਰਨ ਲਹਿੰਗਾ ਚੋਲੀ, ਪ੍ਰਿੰਟਡ ਸੈਲਫ ਪ੍ਰਿੰਟਿੰਗ ਹੈ, ਹਲਕਾ ਹਲਕਾ ਮਿਰਰ ਸਟੋਨ ਦਾ ਕੰਮ ਕੀਤਾ, ਸਟਾਈਲਿਸ਼ ਇਹਦਾ ਡਰੇਸ ਸਟਾਈਲ ਦਾ ਬਲਾਊਜ਼ ਬਣਿਆ, ਸਾਈਡ ਤੇ ਇਸ ਤਰ੍ਹਾਂ ਬਾਜ਼ੂ ਆਣਗੇ, ਮਤਲਬ ਕਿ ਇਹ ਵੀ ਚਨੋਨ ਦੇ ਉੱਪਰ ਹੈ, ਪ੍ਰਿੰਟਿੰਗ ਹੈ, ਫਿਰ ਹਾਈਲਾਈਟ ਹੈ, ਠੀਕ ਹੈ ਨਾ। ਸਾਈਡ ਤੇ ਨੈਟ ਆਏਗੀ, ਨੈਕ ਬਣਿਆ ਬੜਾ ਸੋਹਣਾ ਤੇ ਸਾਈਡ ਤੇ ਇਸ ਤਰ੍ਹਾਂ ਵੀ ਹਲਕਾ ਜਿਹਾ ਨਾ ਹਾਈ ਲੋ ਦੇ ਵਿੱਚ ਹੈ, ਕੱਟ ਆ ਗਿਆ ਸੈਂਟਰ, ਹਲਕਾ ਹਲਕਾ ਹਾਈਲਾਈਟ ਕੀਤਾ ਸਟੋਨ ਦੇ ਨਾਲ। ਕਲਰ ਹੈਗਾ ਵਾਈਨ ਡਸਟੀ ਤੇ ਫੁੱਲ ਫਲੇਅਰ ਲਹਿੰਗਾ ਜੀ, ਡਬਲ ਕੈਨਕੈਨ ਹੈ ਤੇ ਸਾਰਾ ਮਿਰਰ ਵਰਕ ਹਾਈਲਾਈਟ ਹੈ। ਪ੍ਰਿੰਟਡ ਪ੍ਰਿੰਟਡ ਲਹਿੰਗੇ ਨੂੰ ਵੀ ਹਾਈਲਾਈਟ ਕੀਤਾ ਸਟੋਨ ਮਿਰਰ ਐਂਡ ਜ਼ਰਕਨ ਦੇ ਨਾਲ, ਹਲਕੀ ਕੈਨ ਵੀ ਐਡ ਕੀਤੀ ਹੈ ਪਰ ਫਰੰਟ ਬੈਕ ਦੋਨੋਂ ਹੈ। ਟੰਮੀ ਕਵਰ ਦੀ ਚੋਲੀ ਹੈ, ਫੁੱਲ ਟੰਮੀ ਕਵਰ ਚੋਲੀ ਹੈ ਜੀ, ਬੈਕ ਫਰੰਟ ਦੋਨੋਂ ਬਣੀ ਹੈ, ਸਮਾਰਟ ਜਾਂ ਗਰਲੀ ਜਾਂ ਕੰਸੈਪਟ ਹੈ, ਲਾਈਟ ਵੇਟ ਹੈ, ਕਲਰ ਬਹੁਤ ਸੋਹਣਾ, ਠੀਕ ਹੈ ਨਾ, ਬੜਾ ਸੋਹਣਾ ਪਿਆਰਾ ਕਲਰ, ਮਿੱਠਾ ਜਿਹਾ ਕਲਰ ਹੈ ਵਾਈਨ, ਨਾਲ ਨੈਟ ਦਾ ਦੁਪੱਟਾ, ਫੋਰ ਸਾਈਡ ਬਾਰਡਰ ਵੀ ਹੈ, ਆ ਇਹਦਾ ਦੁਪੱਟਾ ਆਏਗਾ ਜੀ, ਸੇਮ ਵਰਕ ਕੀਤਾ ਵਿਦ ਬੂਟੀ ਆਏਗੀ, ਟੂ ਪੀਸ ਲਹਿੰਗਾ ਚੋਲੀ, ਪਾਰਟੀ ਵੇਅਰ ਲੁੱਕ ਦੇ, ਲਾਈਟ ਵੇਟ ਤੇ ਡਿਜ਼ਾਈਨਰ, ਆਈਟਮ ਨੰਬਰ 18 ਜੀ, ਤੇ ਰੇਟ ਇਹਦਾ ਸੀਗਾ 15,670, ਡਿਸਕਾਊਂਟ ਦੇ ਵਿੱਚ ਮਿਲ ਰਿਹਾ 14,100 ਓਨਲੀ। ਲਓ ਜੀ ਨੈਕਸਟ ਆਰਟੀਕਲ, ਪਿਓਰ ਚਨੋਨ ਦਾ ਲਹਿੰਗਾ ਚੋਲੀ ਵਿਦ ਪੇਸਟਿੰਗ, ਸਰਵੋਸਕੀ ਡਮੋਂਟਿੰਗ ਵਰਕ ਹੈ ਸਾਰਾ, ਇਹ ਐਕਚੁਅਲੀ ਜਿਹੜਾ ਹੈ ਨਾ ਅਨਸਟਿਚ ਆਇਆ ਹੈ, ਠੀਕ ਹੈ ਨਾ, ਫੁੱਲ ਫਲੇਅਰ ਹੈ, ਡਬਲ ਕੈਨਕੈਨ ਲੱਗ ਸਕਦੀ ਹੈ ਪਰ ਇਹਦੇ ਉੱਪਰ ਸਾਰਾ ਜਿਹੜਾ ਨੇਵੀ ਬਲੂ ਪਿਓਰ ਚਨੋਨ ਦੇ ਉੱਪਰ ਨਾ ਵਰਕ ਹੈ, ਟੋਟਲ ਸਰਵੋਸਕੀ ਡਮੋਂਟਿੰਗ ਵਰਕ, ਆਲ ਓਵਰ ਸਰਵੋਸਕੀ ਦੇ ਵਿੱਚ ਨਾ ਫੁੱਲ ਫਲੇਅਰ ਹੈ, ਸੈਮੀ ਸਟਿਚ ਲਹਿੰਗਾ ਆਏਗਾ, ਚੋਲੀ ਵੀ ਇਹਦੀ ਅਨਸਟਿਚ ਹੈ, ਪੂਰੀ ਫਰੰਟ ਬੈਕ ਦੋਨੋਂ ਮਿਲਣਗੀਆਂ, ਆਲ ਓਵਰ ਵਰਕ ਹੈਗੀ ਹੈ, ਬੈਲਟ ਤੋਂ ਦੇਖ ਕੇ ਨਾ ਇੱਥੋਂ ਕੰਮ ਸਟਾਰਟ ਹੋ ਜਾਏਗਾ। ਆਹ ਦੇਖੋ ਬੜਾ ਪਿਆਰਾ ਅਨਸਟਿਚ ਲਹਿੰਗਾ ਚੋਲੀ ਆਇਆ ਜੀ, ਬਹੁਤ ਸੋਹਣਾ ਕੰਸੈਪਟ ਹੈਗਾ, ਸਾਰਾ ਡਮੋਂਟਿੰਗ ਵਰਕ ਹੈ, ਫੁੱਲ ਫਲੇਅਰ, ਚੋਲੀ ਪੂਰੀ ਟੰਮੀ ਕਵਰ ਮਿਲੇਗੀ, ਉਹ ਅਨਸਟਿਚ ਹੈਗੀ ਹੈ, ਸਾਈਜ਼ ਦੇ ਅਕੋਰਡਿੰਗ ਸਟਿਚ ਹੋਏਗੀ, ਸੇਮ ਚਨੋਨ ਦਾ ਦੁਪੱਟਾ, ਚਾਰੇ ਪਾਸੇ ਬਾਰਡਰ ਬਣਿਆ, ਡਮੋਂਟਿੰਗ ਦਾ ਵਿਦ ਬੂਟੀ ਆਏਗੀ, ਜਦੋਂ ਮਰਜ਼ੀ ਕੱਢ ਕੇ ਪਾਓ, ਸਿੰਗਲ ਪੀਸ ਬਣਾਓ, ਟੂ ਪੀਸ ਬਣਾਓ, ਰਿੰਗ ਸੈਰਾਮਨੀ ਹੈ, ਘਰ ਦਾ ਫੰਕਸ਼ਨ ਹੈ, ਜਿੱਥੇ ਮਰਜ਼ੀ ਵੇਅਰ ਕਰੋ ਜੀ, ਇਹ ਚੀਜ਼ ਔਸਮ ਹੈਗੀ ਹੈ, ਅਨਸਟਿਚ ਲਹਿੰਗਾ ਚੋਲੀ। ਆਈਟਮ ਨੰਬਰ 19, ਇਹਦਾ ਰੇਟ ਸੀਗਾ ਜਿਹੜਾ 27,600 ਤੇ ਡਿਸਕਾਊਂਟ ਦੇ ਵਿੱਚ ਮਿਲ ਰਿਹਾ 24,840 ਓਨਲੀ, ਅਨਸਟਿਚ ਲਹਿੰਗਾ ਚੋਲੀ ਸਾਡੀ ਲਾਸਟ ਆਈਟਮ ਹੈ, ਠੀਕ ਹੈ ਜੀ। ਲਓ ਜੀ ਲਾਸਟ ਆਈਟਮ, ਐਂਕਲ ਲੈਂਥ ਅਨਾਰਕਲੀ ਆਈ ਹੈ ਜੀ, ਡਿਜ਼ਾਈਨਰ ਦੀ ਕੋਂਬੀਨੇਸ਼ਨ ਦੇ ਵਿੱਚ, ਮਸਟਰਡ ਗੋਲਡ ਦੇ ਨਾਲ ਵਾਈਨ ਦਾ ਕੋਂਬੀਨੇਸ਼ਨ ਹੈ, ਬਨਾਰਸੀ ਦੁਪੱਟਾ ਹੈ, ਪਿਓਰ ਜੋਰਜਟ ਦੀ ਅਨਾਰਕਲੀ ਆਏਗੀ ਹੈਂਡ ਵਰਕ ਦੇ ਨਾਲ, ਐਂਕਰ ਦਾ ਕੰਮ ਹੈ ਸਾਰਾ ਥਰੈਡ ਦਾ, ਕੰਟਰਾਸਟ ਵਰਕ ਕੀਤਾ, ਮਸਟਰਡ ਦੇ ਉੱਪਰ ਵਾਈਨ ਵਰਕ ਆਏਗਾ, ਉਹਨੂੰ ਵੀ ਹਾਈਲਾਈਟ ਕੀਤਾ ਐਂਟੀਕ ਦਬਕੇ ਨਾਲ, ਕੜਦਾਨੇ ਨਾਲ, ਸਟੋਨ ਨਾਲ, ਠੀਕ ਹੈ ਜੀ। ਬਾਜ਼ੂ ਲੱਗ ਜਾਣਗੇ ਜਿੰਨੇ ਕਹੋਗੇ, ਬੋਟ ਨੈਕ ਬਣਿਆ ਬੜਾ ਸੋਹਣਾ ਵਿਦ ਬੂਟੀ, ਸਤਾਰੇ ਲੱਗੇ ਨੇ ਕਲੀਆਂ ਦੇ ਵਿੱਚ, ਇਸ ਤਰ੍ਹਾਂ ਹੀ ਸਤਾਰੇ ਲੱਗੇ ਹੋਣਗੇ, ਜਿਹੜਾ ਅਨਾਰਕਲੀ ਦਾ ਬਾਰਡਰ ਹੈ ਬਹੁਤ ਸੋਹਣਾ, ਸੇਮ ਇਸ ਤਰ੍ਹਾਂ ਹੀ ਕੰਟਰਾਸਟ ਦੇ ਵਿੱਚ ਬਣਿਆ ਹੋਇਆ, ਵਾਈਨ ਇੰਟੂ ਮਸਟਰਡ ਇੰਟੂ ਵਾਈਨ ਦਾ ਕੋਂਬੀਨੇਸ਼ਨ ਹੈ, ਸੋਲਿਡ ਥਰੈਡ ਵਰਕ ਵੀ ਹੈ, ਸਟੋਨ ਵਰਕ ਵੀ ਹੈ, ਸੀਕੁਐਂਸ ਵੀ ਹੈ, ਨਾਲ ਆ ਗਿਆ ਪਲਾਜ਼ੋ ਰੈਡੀ ਟੂ ਵੇਅਰ, ਇਹਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ, ਜੋਰਜਟ ਦਾ ਸੇਮ ਕਲਰ ਪਲਾਜ਼ੋ ਹੈ, ਸੇਮ ਵਰਕ ਹੈ, ਤੇ ਐਂਕਲ ਲੈਂਥ ਅਨਾਰਕਲੀ ਦੇ ਨਾਲ ਹੈਗਾ ਪਲਾਜ਼ੋ, ਜੋਰਜਟ ਫੈਬਰਿਕ ਨਾਲ, ਬਨਾਰਸੀ ਦੁਪੱਟਾ, ਪਿਓਰ ਖੱਟੀ ਦਾ ਸਿਲਕ ਦਾ ਬਨਾਰਸੀ ਦੁਪੱਟਾ ਆਏਗਾ ਵੀਵਿੰਗ ਵਾਲਾ,
ਆਲ ਓਵਰ ਵਿਊਇੰਗ ਹੈ ਜੀ, ਬੜਾ ਸੋਹਣਾ ਦੁਪੱਟਾ ਸਜਾਇਆ ਦੁਪੱਟਾ ਹੈ ਜੀ, ਅਲਟੀਮੇਟ ਲੁੱਕ ਹੈ, ਕੋਂਬੀਨੇਸ਼ਨ ਡਿਫਰੈਂਟ ਹੈ, ਸਟਾਈਲਿਸ਼ ਹੈ, ਗਰਲਿਸ਼ ਹੈ। ਇਹ ਸਾਡੀ ਅੱਜ ਦੀ ਲਾਸਟ ਆਈਟਮ ਹੈ ਐਂਕਲ ਲੈਂਥ ਨਾਰਕਲੀ ਵਿਦ ਬਨਾਰਸੀ ਦੁਪੱਟਾ। ਆਈਟਮ ਨੰਬਰ ਹੈਗੀ ਹੈ 20 ਅਤੇ ਰੇਟ ਸੀਗਾ ਇਹਦਾ 14,410 ਅਤੇ ਡਿਸਕਾਊਂਟ ਦੇ ਵਿੱਚ ਪੈ ਰਿਹਾ 12,965 ਹੁੰਦੀ ਜੀ। ਠੀਕ ਹੈ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਅਤੇ ਜਿਹੜਾ ਵੀ ਤੁਹਾਨੂੰ ਇਹਦੇ ਅੱਛਾ ਲੱਗਦਾ ਸਕਰੀਨਸ਼ੋਟ ਲੈ ਲਿਆ, ਸਕਰੀਨਸ਼ੋਟ ਲੈ ਕੇ ਆ ਸਾਡੇ ਜਾਣ ਲੱਗੇ ਇੱਕ ਵਾਰੀ ਵਟਸਐਪ ਨੰਬਰ ਨੋਟ ਕਰ ਲਓ। ਇਹ ਸਾਰੇ ਫੇਸਬੁੱਕ ਵਾਲੇ ਨੰਬਰ ਨੇ ਜੀ, ਵਰਲਡ ਵਾਈਡ ਸ਼ਿਪਿੰਗ ਆਪਣੀ, ਕੋਈ ਦਿੱਕਤ ਨਹੀਂ ਹੈ, ਆਲਟਰੇਸ਼ਨ ਫਿਨਿਸ਼ਿੰਗ ਫ੍ਰੀ ਆਫ ਕੋਸਟ ਹੈਗੀ ਹੈ। ਠੀਕ ਹੈ ਨਾ, ਅਤੇ ਆਹ ਨੰਬਰਾਂ 'ਤੇ ਜਿਹੜਾ ਤੁਸੀਂ ਸਕਰੀਨਸ਼ੋਟ ਲਿਆ ਉਹਨੂੰ ਸ਼ੇਅਰ ਕਰੋ, ਕੋਲ ਕਰੋ ਜਾਂ ਮੈਸੇਜ ਕਰੋ, ਅਤੇ ਆਪਣਾ ਆਰਟੀਕਲ ਬੁੱਕ ਕਰਵਾਓ। ਠੀਕ ਹੈ ਜੀ, ਅੱਜ ਦੇ ਲਈ ਇੰਨਾ ਹੀ, ਕੱਲ੍ਹ ਫਿਰ ਲਾਈਵ ਆਵਾਂਗੇ ਨਵੇਂ ਡਿਜ਼ਾਈਨ ਅਤੇ ਨਵੇਂ ਆਰਟੀਕਲ ਲੈ ਕੇ। ਤਦ ਤੱਕ ਦੇ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਓਕੇ ਬਾਏ, ਟੇਕ ਕੇਅਰ ਜੀ।